ਤੁਹਾਨੂੰ ਇੰਨਾ ਯਕੀਨ ਆ ਕਿ ਜੇ ਡਾਕਟਰ ਸਾਹਿਬ ਕੋਈ ਦਵਾਈ ਖਾਊਂਗਾ ਮੈਨੂੰ ਜਿਹੜਾ 100 ਸਾਲ ਤੋਂ ਪਹਿਲਾਂ ਬੰਦਾ ਮਰਦਾ ਨਹੀਂ, ਕਿਉਂਕਿ ਤੁਹਾਡੇ ਸਰੀਰ ਦੀ ਜਾਂ ਫਿਟਨੈਸ ਹੋ ਗਈ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਮਰਨ ਦਾ। ਉਹਨਾਂ ਦੱਸਿਆ ਜੀ 60% ਤੁਹਾਡਾ ਲੀਵਰ ਕਹਿੰਦੇ ਡੈਮੇਜ ਹੋ ਗਿਆ, ਉਂਗਲ ਨਹੀਂ ਤਾਂ ਹੱਥ ਕਿੱਦਾਂ ਲਾਉਂਦੇ ਸੀਗੇ ਨਾ ਕਿਸੇ ਪੇੜ ਨੂੰ, ਜ਼ੋਰ ਨਾਲ ਵੀ ਅਸੀਂ ਪੰਚ ਕਰਕੇ ਵੀ ਦਵਾਉਂਦੇ ਸੀ, ਦੱਬਦਾ ਨਹੀਂ ਸੀ ਪੇਟ। ਹੁਣ ਤਾਂ ਤੁਸੀਂ ਰਸਗੁੱਲੇ ਵਰਗਾ ਕਰੀ ਫਿਰਦੇ ਹੋ, ਗੁਲਾਬ ਜਾਮਣ ਵਰਗਾ? ਇਹ ਸਿਰਫ ਡਾਕਟਰ ਸਾਹਿਬ ਦੀ ਮਿਹਰਬਾਨੀ ਆ ਜੀ, ਇਹ ਤਾਂ ਸਾਨੂੰ ਰੱਬ ਰੂ ਬਣ ਕੇ ਟੱਕਰੇ ਆ। ਜਿਹਨੂੰ ਆਪਾਂ ਗਦੂਤਾ ਕਹਿੰਦੇ, ਹਰਨੀਆਂ ਕਹਿ ਦਿੰਦੇ ਹਾਂ, ਉਹ ਵੀ ਆ ਗਈਆਂ ਸੀਗੀਆਂ, ਪਰ ਜਦੋਂ ਵੀ ਆਪਾਂ ਇਹਨਾਂ ਕੋਲ ਦਵਾਈ ਖਾਧੀ ਆ ਸਾਨੂੰ ਹੁਣ ਇਹੀ ਨਹੀਂ ਪਤਾ ਲੱਗਦਾ ਸਾਡੀ ਬਿਮਾਰੀ ਹੈ ਕਿ। ਆਪਾਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਸਾਹ ਚੜ੍ਹਦਾ ਹੁੰਦਾ ਸੀ, ਪਰ ਹੁਣ ਇਹ ਆ, ਹੁਣ ਤਾਂ ਤੁਸੀਂ ਭਾਵੇਂ ਸਾਨੂੰ ਦੌੜਾ ਕੇ ਦੇਖ ਲਓ। ਫਿਰ ਮੈਂ ਨਾ MRI ਕਰਾਈ ਸੀਗੀ, ਉਹਦੇ 'ਚ ਆ ਗਿਆ ਕਿ ਨਸਾਂ ਬਲੌਕ ਆ, ਕਿ ਮਣਕੀਆਂ ਥੱਲੇ ਆ ਗਈਆਂ। ਤੀਆਂ ਕਹਿੰਦੇ ਜੇ ਤਾਂ 10 ਦਿਨ ਦੀ ਦਵਾਈ ਖਾ ਕੇ ਠੀਕ ਹੋ ਜੂਗਾ, ਸਹੀ ਆ, ਨਹੀਂ ਤਾਂ ਇੱਕ ਤਰ੍ਹਾਂ ਟੀਕਾ ਲਾਵਾਂਗੇ, ਦੇ ਤਰੇ ਅਗਰ ਉਹਨਾਂ ਵੀ ਨਾ ਫਰਕ ਪਊ ਫੇਰ ਪਰੇਡ। ਵਿਚਾਰਾ ਮੋਟਰਸਾਈਕਲ 'ਤੇ ਚੜ੍ਹਾਉਂਦਾ ਸੀ, ਉੱਧਰੋਂ ਮੈਨੂੰ ਬੱਸ ਲਾ ਕੇ ਹੈਲਪ ਲਾਉਂਦਾ ਸੀ, ਕਿ ਹਿਸਾਬ ਲਾ ਲਓ ਕਿ ਮੈਂ ਨਾ ਇੱਟ ਰੱਖ ਕੇ ਪੌਡਾ ਚੜ੍ਹਦਾ ਸੀ, ਇੰਨਾ ਤੰਗ ਸੀ, ਬਹੁਤ ਜ਼ਿਆਦਾ ਤੰਗ ਸੀਗਾ। ਹੁਣ ਤਾਂ ਮੈਂ ਭਾਵੇਂ ਪੈਰੀਆਂ ਹੱਥ ਲਾ ਲਓ ਕੋਈ ਚੱਕਰ ਨਹੀਂ, ਪਹਿਲਾਂ ਐਂ ਹਲਕਾ ਜਿਹਾ ਵੁੱਛ ਵੀ ਨਹੀਂ ਕਰ ਸਕਦਾ ਸੀ, ਇੰਨਾ ਤੰਗ ਸੀਗਾ। ਅਤੇ ਮੇਰਾ ਜਿਹੜਾ BP ਆ ਉਹ 200 ਟਿਕਿਆ ਸੀ, ਥਾਇਰਡ ਦੀ ਸ਼ਿਕਾਇਤ ਸੀਗੀ, ਫਿਰ ਕੈਸਟਰੋਲ ਦੇ ਵਧਿਆ ਸੀ, ਹੁਣ ਉਹ ਚੀਜ਼ਾਂ ਮੈਨੂੰ ਪਤਾ ਨਹੀਂ ਕਿੱਥੇ ਆ। ਕਈ ਵਾਰੀ ਤੁਸੀਂ ਸੁਣਿਆ ਨਾ, ਕਹਿੰਦੇ ਹੁੰਦੇ ਆ ਵੀ ਜਿੱਥੋਂ ਆਰਾਮ ਆਉਣਾ ਸਵਾਹ ਦੀ ਚੁਟਕੀ ਨਾਲ ਆ ਜਾਣਾ, ਜਿੱਥੋਂ ਆਉਣਾ ਨਹੀਂ ਤਾਂ ਉੱਥੋਂ ਸੋਨਾ ਖਾ ਕੇ ਵੀ ਨਹੀਂ ਆਉਣਾ ਹੈਗਾ। ਇਹ ਗੱਲ ਆ ਵੀ ਕੁਦਰਤ ਨੇ ਤੁਹਾਡੇ ਹੱਥੋਂ ਕੀ ਕਰਾਉਣਾ, ਕਰਨ ਕਰਾਉਣ ਵਾਲਾ ਉਹ ਖੁਦ ਆ, ਹੈ ਨਾ। ਆਪਾਂ ਇਨਸਾਨ ਕੁਛ ਵੀ ਨਹੀਂ ਕਰ ਸਕਦਾ, ਕੋਈ ਡਾਕਟਰ ਆਪਾਂ ਨੂੰ ਆਪਣੇ ਆਪ ਨੂੰ ਜਿੱਡਾ ਮਰਜ਼ੀ ਵੱਡਾ ਕਹੀ ਜਾਵੇ, ਇਹ ਆ ਉਹ ਆ, ਪਰ ਜੋ ਕੁਛ ਕਰਾਉਂਦੀ ਹੈ ਜੀ ਕੁਦਰਤ ਕਰਾਉਂਦੀ ਹੈ। ਮੈਂ ਅੱਗੇ ਮੈਂ ਵੀ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਵੀ ਹਿੱਲ ਨਾ ਸਕਦਾ, ਮੈਂ ਨਿਆਣੇ ਮੈਨੂੰ ਚੱਕ ਚੁੱਕ ਕੇ ਇੱਧਰ ਉੱਧਰ ਕਰਦੇ ਸੀ। ਇਸ ਤਰ੍ਹਾਂ ਦੀ ਕੀ ਪ੍ਰੋਬਲਮ ਸੀ? ਮੇਰੀਆਂ ਨਾੜਾਂ ਬਲੌਕ ਹੋ ਗਈਆਂ ਸੀਗੀਆਂ ਜੀ ਪਹਿਲਾਂ, ਸ਼ੂਗਰ ਕਰਕੇ ਜ਼ਿਆਦਾ ਜੀ, ਤਾਂ ਹੁਣ ਜਿੱਦਣ ਦੀ ਜਾਣੀ ਮੈਂ ਇਹਨਾਂ ਦੀ ਦਵਾਈ ਲੈਂਦਾ, ਮੈਂ ਕੰਮ ਸਾਰਾ ਘਰ ਦਾ ਕਰਦਾ ਜੀ, ਪੱਠੇ ਟੁੱਕੇ ਖੇਤੀਬਾੜੀ ਦਾ ਸਭ ਕੰਮ ਕਰਦਾ। ਪੇਨ ਦੀ ਦਿੱਕਤ ਸੀ ਔਰ ਹਾਰਟ ਦੀ ਦਿੱਕਤ ਸੀ, ਅਤੇ ਪਟਿਆਲੇ ਤੋਂ ਬੜੇ ਡਾਕਟਰਾਂ ਨੂੰ ਦਵਾਈਆਂ ਖਾਧੀਆਂ ਨੇ, ਵਧਦੀ ਗਈ ਹੈ, ਜਦੋਂ ਦੇ ਇੱਥੋਂ ਤੋਂ ਸ਼ੁਰੂ ਕੀਤੀ ਹੈ ਉਦੋਂ ਤੋਂ ਠੀਕ ਹੈ। ਲੀਵਰ ਦੀ ਪ੍ਰੋਬਲਮ ਸੀ, ਇਸ ਟਾਈਮ ਲੀਵਰ ਦੀ ਦਵਾਈ ਇਸ ਵਾਰ ਬੰਦ ਕਰਤੀ, ਹਾਂਜੀ, ਹੁਣ ਮੈਂ ਨਸਾਂ ਦੀ ਬਲੌਕ ਦੀ ਦਵਾਈ ਚੱਲਦੀ ਹੈ। ਮੈਨੂੰ ਜੀ ਬਲੈਮਿਸ਼ ਦੀ ਕਾਫੀ ਪ੍ਰੋਬਲਮ ਸੀਗੀ, ਅਤੇ ਹੁਣ ਕੀ ਹੁੰਦਾ ਜੀ? ਸ਼ਾਈਆਂ, ਮਤਲਬ ਬਹੁਤ ਜ਼ਿਆਦਾ, ਮਤਲਬ ਕਿ 15 ਡੇਜ਼ ਦੇ ਵਿੱਚ 50% ਮਤਲਬ ਫਰਕ ਪੈ ਗਿਆ। ਕਿੰਨੇ ਦਿਨ ਤੁਹਾਨੂੰ ਫਰਕ ਲੱਗਣਾ ਸ਼ੁਰੂ ਹੋ ਗਿਆ ਸੀ? ਮੈਨੂੰ ਮਤਲਬ ਕਿ ਵਿਦਨ ਵੀਕ, 7 ਦਿਨਾਂ ਦੇ ਵਿੱਚ। ਹਾਂਜੀ, ਬੱਚੇ ਨੂੰ ਸਾਡੀ ਐਲਰਜੀ ਸੀ, ਵੀਟ ਐਲਰਜੀ ਸੀ। ਹਾਂਜੀ, ਉਹ ਜਿਹੜੀ ਕਹਿੰਦੇ ਨੇ ਵੀ ਵੀਟ ਐਲਰਜੀ, ਉਹ ਕਣਕ ਵਾਲੀ ਜੀ। ਅੱਛਾ ਜੀ, ਅਤੇ ਅਸੀਂ 2 ਵਾਰ ਆਏ ਹਾਂ ਜੀ, ਅਜੇ 15 ਦਿਨ ਦੀ ਦਵਾਈ ਚੱਲੀ ਆ, ਅੱਗੇ ਨਾਲ ਫਰਕ। ਪੇਟ 'ਚ ਮੇਰੇ ਹਰਨੀਆਂ। ਹਰਨੀਆਂ ਸੀ? ਡਾਕਟਰ ਤਾਂ ਕਹਿੰਦੇ ਨੇ ਜੀ ਹਰਨੀਆਂ ਹੋ ਗਈ, ਆਪਰੇਸ਼ਨ ਕਰਾਓ, ਵਿਹਲੀ ਹੋਵੋ ਤੁਸੀਂ। ਮੈਂ ਡਾਕਟਰ ਸਾਹਿਬ ਕੋਲ ਆਇਆ, ਡਾਕਟਰ ਸਾਹਿਬ ਕਹਿੰਦੇ ਕੋਈ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਆ, ਤੁਸੀਂ ਦਵਾਈ ਖਾਓ, ਸਾਡੀ ਤੁਹਾਡੀ ਇਸ ਤਰ੍ਹਾਂ ਠੀਕ ਹੋ ਜਾਏਗੀ। ਅੱਛਾ, ਹੁਣ ਤਕਲੀਫ ਘਟੀ, ਕੁਛ ਦਰਦ ਘਟੇ? ਹਾਂ, ਥੋੜ੍ਹੀ ਦਰਦ ਘਟੀ ਹੈ। ਕਿੰਨਾ ਟਾਈਮ, ਕਿੰਨਾ ਕੁ ਘਟਿਆ? ਥੋੜ੍ਹੀ ਦਰਦ ਘਟੀ ਹੈ, ਮੈਨੂੰ 2 ਹਫ਼ਤੇ ਹੋਏ ਦਵਾਈ ਖਾਂਦੇ ਆ ਜੀ, ਮੈਨੂੰ 1.5 ਸਾਲ ਹੋ ਗਿਆ, ਮੈਂ ਜੰਮੂ ਤੋਂ ਕੋਈ 20 ਡਾਕਟਰਾਂ ਨੂੰ ਚੈੱਕ ਕਰਾ ਛੱਡਿਆ ਮੈਂ। ਅੱਛਾ, ਬੜੇ ਡਾਕਟਰਾਂ ਨੂੰ ਚੈੱਕ ਕਰਾਇਆ। ਪੈਸੇ ਕਿੰਨੇ ਕੁ ਲੱਗ? ਪੈਸੇ 1.5 ਲੱਖ ਰੁਪਏ ਦਾ ਕਰਜ਼ਾ ਜਾੜ ਲਿਆ ਆਪਣੇ 'ਤੇ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਹਕੀਕਤ TV ਪੰਜਾਬੀ ਦੇਖ ਰਹੇ ਹੋ ਤੁਸੀਂ, ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਉੱਚਾ ਪਿੰਡ ਸੰਘੌਲ, ਜਿੱਥੇ ਪੰਜਾਬ ਦੇ ਸਭ ਤੋਂ ਯੰਗੈਸਟ ਵੈਦ ਜਗਰੂਪ ਸਿੰਘ ਭੰਗੂ, ਜਿਹੜਾ ਵੱਖੋ ਵੱਖ ਬਿਮਾਰੀਆਂ ਦੀਆਂ, ਵੱਖੋ ਵੱਖ ਸਮੱਸਿਆਵਾਂ ਦੀਆਂ, ਵੱਖੋ ਵੱਖ ਦਰਦਾਂ ਦਾ ਜਿਹੜਾ ਇਲਾਜ ਹੈਗਾ ਉਹ ਕੁਦਰਤੀ ਢੰਗ ਨਾਲ, ਕੁਦਰਤੀ ਤਰੀਕੇ ਨਾਲ ਕਰਦੇ ਨੇ। ਵੱਖ ਵੱਖ ਥਾਵਾਂ ਤੋਂ ਜਿਹੜੇ ਲੋਕ ਹੈਗੇ ਨੇ ਵੱਡੀ ਗਿਣਤੀ 'ਚ ਇੱਥੇ ਪਹੁੰਚੇ ਹੋਏ ਨੇ, ਗੱਲਬਾਤ ਅਸੀਂ ਕਰ ਲੈਂਦੇ ਹਾਂ। ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਜਗਮੋਹਨ ਜੀ। ਅੱਛਾ, ਕਿੱਥੋਂ ਆਏ ਜਗਮੋਹਨ ਜੀ? ਹੁਸ਼ਿਆਰਪੁਰ ਤੋਂ ਜੀ। ਹੁਸ਼ਿਆਰਪੁਰ ਤੋਂ? ਇੰਨੀ ਦੂਰੋਂ? ਹਾਂਜੀ, ਦੇਖੋ ਜੀ, ਜਿਹਦਾ ਆਰਾਮ ਆਉਣਾ ਚਾਹੀਦਾ ਆ, ਇਹਨਾਂ ਡਾਕਟਰ ਸਾਹਿਬ ਦਾ ਨਾਂ ਸੁਣਿਆ ਸੀਗਾ, ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਦੇਖਿਆ ਸੀਗਾ। ਅੱਛਾ, ਫਿਰ ਜਦੋਂ ਅਸੀਂ ਆਏ ਹਾਂ ਉਹ ਵੀ ਇੰਗਲਿਸ਼ ਦਵਾਈਆਂ ਬਹੁਤ ਖਾ ਕੇ ਦੇਖ ਲਈਆਂ ਸੀ। ਕੀ ਹੋਇਆ ਸੀ?
ਮੇਰੇ ਲੀਵਰ 'ਚ ਪ੍ਰੋਬਲਮ ਆ ਗਈ ਸੀ, ਪੇਟ ਫੁੱਲਣ ਲੱਗ ਪਿਆ ਸੀਗਾ, ਜੇ ਖਾਧਾ ਪੀਤਾ ਵਧੀਆ ਪਚਦਾ ਨਹੀਂ ਸੀਗਾ, ਬੜੀ ਪ੍ਰੋਬਲਮ ਆ ਗਈ ਸੀ, ਹਰ ਤਰ੍ਹਾਂ ਦੀ ਪ੍ਰੋਬਲਮ ਆ ਗਈ ਸੀ, ਬਿਮਾਰੀ ਕਾਂ ਤੋਂ ਕਾਂ ਨਵੀਂ ਤੋਂ ਨਵੀਂ ਬਿਮਾਰੀ ਜਾਗਣ ਲੱਗ ਪਈ ਜੀ। ਪੇਟ ਕਿਵੇਂ ਕਹਿ ਰਹੇ ਹੋ ਤੁਸੀਂ? ਪੇਟ ਬਹੁਤ ਜ਼ਿਆਦਾ ਹਾਰਡ ਹੋ ਜਾਂਦਾ, ਸਖਤ ਹੋ ਜਾਂਦਾ, ਹਾਰਡ ਹੋ ਜਾਂਦਾ ਸੀ, ਹਾਰਡ ਹੋ ਜਾਂਦਾ ਜੀ। ਇਹ ਹੁਣ ਤਾਂ ਤੁਸੀਂ ਰਸਗੁੱਲੇ ਵਰਗਾ ਕਰੀ ਫਿਰਦੇ ਹੋ, ਗੁਲਾਬ ਜਾਮਣ ਵਰਗਾ? ਇਹ ਸਿਰਫ ਡਾਕਟਰ ਸਾਹਿਬ ਦੀ ਮਿਹਰਬਾਨੀ ਆ ਜੀ, ਇਹ ਤਾਂ ਸਾਨੂੰ ਰੱਬ ਰੂਹ ਬਣ ਕੇ ਟੱਕਰੇ ਆ ਜੀ ਇਹ। ਇੰਨਾ ਤੁਹਾਡਾ ਪੇਟ ਉਂਗਲ ਨਹੀਂ ਵੜਦੀ ਸੀ? ਬਿਲਕੁਲ ਜੀ, ਉਂਗਲ ਨਹੀਂ, ਇੱਦਾਂ ਹੱਥ ਕਿੱਦਾਂ ਲਾਉਂਦੇ ਸੀਗੇ ਨਾ ਕਿਸੇ ਪੇਟ ਨੂੰ, ਜ਼ੋਰ ਨਾਲ ਵੀ ਅਸੀਂ ਪੰਚ ਕਰਕੇ ਵੀ ਦਬਾਉਂਦੇ ਸੀ, ਦੱਬਦਾ ਨਹੀਂ ਸੀ ਪੇਟ। ਮਤਲਬ ਫੁੱਟਬਾਲ ਬਣੀ ਪਈ ਸੀ, ਹਵਾ ਭਰੀ ਹੋਈ? ਬਿਲਕੁਲ ਜੀ ਬਿਲਕੁਲ, ਬਹੁਤ ਬੁਰਾ ਹਾਲ ਸੀ, ਕੋਈ ਖਾਂਦੇ ਪੀਂਦੇ ਸੀ ਵਧੀਆ ਨਹੀਂ ਲੱਗਦਾ ਸੀਗਾ, ਕੋਈ ਪਚਦਾ ਨਹੀਂ ਸੀਗਾ। ਕੀ ਹੋਇਆ, ਕੀ ਸੀ? ਇਹ ਲੀਵਰ ਦੇ ਵਿੱਚ ਜਿੱਦਾਂ ਕਹਿੰਦੇ ਸੀ ਮੇਰਾ, ਜਿੱਦਾਂ ਆਪਾਂ ਟੈਸਟ ਕਰਵਾਏ ਸੀ, ਸਾਰਾ ਕੁਝ ਡਾਕਟਰਾਂ ਸਾਹਿਬ ਨੇ ਕੀਤਾ ਸੀਗਾ, ਸਪੈਸ਼ਲਿਸਟ ਸੀਗੇ, ਉਹਨਾਂ ਨੇ ਦੱਸਿਆ ਜੀ 60% ਤੁਹਾਡਾ ਲੀਵਰ ਕਹਿੰਦੇ ਡੈਮੇਜ ਹੋ ਗਿਆ ਆ। 60%, ਯਾਨੀ ਕਿ 60% ਦੀ ਲੀਵਰ ਡੈਮੇਜ ਸੀਗਾ ਜੀ। ਉਹ ਕਹਿੰਦੇ ਸੀ ਵੀ ਇਹਦੀ ਤੁਹਾਨੂੰ ਟ੍ਰੀਟਮੈਂਟ ਜਾਂ ਦਵਾਈ ਤੁਹਾਨੂੰ ਖਾਣੀ ਪਊਗੀ। ਉਹਨਾਂ ਦੀ ਦਵਾਈ ਖਾਧੀ ਆ, ਦਵਾਈ ਜਦੋਂ ਖਾਂਦੇ ਸੀਗੇ ਤਾਂ ਨਾਂ ਤਾਂ ਬਹੁਤ ਸੁਣਿਆ ਸੀਗਾ, ਉਹਨਾਂ ਦੀ ਦਵਾਈ ਦੇ ਨਾਲ ਹੋਰ 20 ਬਿਮਾਰੀਆਂ ਜਾਗੀਆਂ ਮੈਨੂੰ, ਜਿਹੜਾ ਮੇਰਾ BP ਸੀਗਾ 200+ ਜਾਣ ਲੱਗ ਪਿਆ, ਫਿਰ ਸ਼ੂਗਰ ਦੀ ਵੀ ਪ੍ਰੋਬਲਮ ਆ ਗਈ ਵਿੱਚ, ਬੜੀਆਂ ਪ੍ਰੋਬਲਮਾਂ, ਨਵੀਂ ਤੋਂ ਨਵੀਂ ਪ੍ਰੋਬਲਮ ਡੇਲੀ ਜਾਗਦੀ ਸੀਗੀ। ਫਿਰ ਸਾਨੂੰ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਫਿਰ ਯੂਟਿਊਬ ਦੇ ਰਾਹੀਂ ਸਾਨੂੰ ਇਹ ਡਾਕਟਰ ਸਾਹਿਬ ਦਾ ਪਤਾ ਲੱਗਾ, ਫਿਰ ਸਾਡੇ ਘਰਦਿਆਂ ਨੂੰ, ਸਾਡੇ ਮਿਸੀ ਨੇ ਇੱਕੋ ਗੱਲ ਕਹੀ ਵੀ ਆਪਾਂ ਹੁਣ ਇੰਗਲਿਸ਼ ਦਵਾਈ ਨਹੀਂ ਖਾਣੀ, ਵੀ ਤੁਸੀਂ ਇੱਕ ਵਾਰ ਤੁਸੀਂ ਆਯੁਰਵੈਦਿਕ ਦੀ ਦਵਾਈ ਡਾਕਟਰ ਸਾਹਿਬ ਦੇ ਖਾ ਕੇ ਦੇਖੋ। ਫਿਰ ਅਸੀਂ ਆਹ ਜਨਵਰੀ ਮਹੀਨੇ 26 ਜਨਵਰੀ ਨੂੰ ਅਸੀਂ ਇਹਨੇ ਡਾਕਟਰ ਸਾਹਿਬ ਨੂੰ ਆ ਕੇ ਕਾਉਂਸਲਿੰਗ ਕੀਤੀ, ਇਹਨਾਂ ਕੋਲ ਮਿਲੇ ਆ। ਇਹਨਾਂ ਦੀਆਂ ਕੁਛ ਪਹਿਲੀ 15 ਦਿਨ ਦੀ ਦਵਾਈ ਦੇ ਵਿੱਚੋਂ ਅਸੀਂ 5-7 ਦਿਨ ਦੀ ਦਵਾਈ ਖਾਧੀ, ਸਾਨੂੰ 100 ਦੇ ਵਿੱਚੋਂ 10-15% ਸਾਨੂੰ ਫਰਕ ਦਿਸਣ ਲੱਗ ਪਿਆ। ਪਹਿਲੇ ਪੰਜ ਸੱਤ ਦਿਨਾਂ ਦੇ ਵਿੱਚ ਕੀ ਫਰਕ ਲੱਗਿਆ ਸੀ? ਫਰਕ ਸਾਡਾ ਜਿਹੜਾ ਖਾਣਾ ਪੀਣਾ ਸੀ ਉਹ ਵਧੀਆ ਹੋਣ ਲੱਗ ਪਿਆ, ਜਿਹੜਾ ਮੇਰਾ BP ਸੀ ਉਹ ਥੋੜ੍ਹਾ ਸਟੇਬਲ ਰਹਿਣ ਲੱਗ ਪਿਆ, ਜਾਣੀ 200 ਤੋਂ ਜਿਹੜਾ ਪਲੱਸ ਹੁੰਦਾ ਸੀ 200 ਤੋਂ ਥੱਲੇ ਆਉਣਾ ਸ਼ੁਰੂ ਹੋ ਗਿਆ, ਨਹੀਂ ਤਾਂ ਮੇਰਾ BP 200+ ਚੱਲ ਜਾਂਦਾ ਸੀ, ਅਤੇ ਬੜੀ ਘਬਰਾਹਟ ਹੋਣੀ ਬੁਰਾ ਹੋਣਾ, ਪਰ BP ਜਿਹੜਾ ਸਟੇਬਲ ਆ ਗਿਆ ਮੇਰਾ ਉਸ ਹਿਸਾਬ ਨਾਲ। ਅਤੇ ਫੈਟੀ ਲੀਵਰ ਦਾ ਫਿਰ ਕੀ ਬਣਿਆ? ਫੈਟੀ ਲੀਵਰ ਹੁਣ ਪਤਾ ਹੀ ਨਹੀਂ ਜੀ, ਫੈਟੀ ਲੀਵਰ ਕੀ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆ ਗਈਆਂ ਸੀ ਮੇਰੇ ਵਿੱਚ, ਜਿਵੇਂ ਕਿ ਬਹੁਤ, ਜਿੱਦਾਂ ਮੇਰੇ ਇੱਕ ਫੈਟੀ ਲੀਵਰ ਤਾਂ ਆ ਗਈ ਸੀਗੀ, ਫਿਰ ਇੱਕ ਜਿਹਨੂੰ ਆਪਾਂ ਗਦੂਤਾ ਕਹਿੰਦੇ, ਹਰਨੀਆਂ ਕਹਿ ਦਿੰਦੇ ਹਾਂ, ਉਹ ਵੀ ਆ ਗਈਆਂ ਸੀਗੀਆਂ। ਪਰ ਜਦੋਂ ਵੀ ਆਪਾਂ ਇਹਨਾਂ ਕੋਲ ਦਵਾਈ ਖਾਧੀ ਆ, ਸਾਨੂੰ ਹੁਣ ਇਹੀ ਨਹੀਂ ਪਤਾ ਲੱਗਦਾ ਸਾਡੀ ਬਿਮਾਰੀ ਹੈ ਕਿਹੜੀ ਅਤੇ ਗਈ ਕਿਹੜੀ ਆ। ਬਿਲਕੁਲ ਇਸ ਵੇਲੇ ਉਹਨਾਂ ਦੀ ਫਿੱਟ ਔਰ ਜੰਗ ਆ, ਸਾਨੂੰ ਸਾਹ ਬਹੁਤ ਚੜ੍ਹਨ ਲੱਗ ਪਿਆ ਸੀ ਪਹਿਲਾਂ, ਉਹਨਾਂ ਦੀ ਦਵਾਈ ਨਾਲ ਤਾਂ ਆਪਾਂ ਤੁਹਾਡੇ ਨਾਲ ਗੱਲ ਕਰਦੇ ਕਰਦੇ ਸਾਹ ਚੜ੍ਹਦਾ ਹੁੰਦਾ ਸੀ, ਪਰ ਹੁਣ ਇਹ ਆ, ਹੁਣ ਤਾਂ ਤੁਸੀਂ ਭਾਵੇਂ ਸਾਨੂੰ ਦੌੜਾ ਕੇ ਦੇਖ ਲਓ। ਫਿਰ ਇੱਥੇ ਜੇ ਸਾਰਾ ਕੁਛ ਠੀਕ ਆ, ਫਿਰ ਇੱਥੇ ਕੀ ਕਰਨਾ ਹੋਣਾ? ਨਹੀਂ ਆਪਾਂ ਤਾਂ ਹੁਣ ਦੇਖੋ ਜੀ, ਇੱਕ ਤਾਂ ਅਜੇ ਥੋੜ੍ਹੀ ਮੈਡੀਸਨ ਅਸੀਂ ਆਪ ਲੈਣੀ ਚਾਹੁੰਦੇ ਹਾਂ ਵੀ ਵਧੀਆ, ਵੀ ਇਹਨੂੰ ਜੜ੍ਹ ਤੋਂ ਹੀ ਖਤਮ ਕਰੀਏ ਬਿਮਾਰੀ ਨੂੰ। ਫਿਰ ਜਿੱਦਾਂ ਸਾਡੇ ਆ ਫਰੈਂਡ ਸਰਕਲ ਸੀਗੇ, ਮੇਰਾ ਫਰੈਂਡ ਸੀਗਾ, ਇਹਨਾਂ ਦੇ ਓਪਰੇਟ ਕਰਨ ਦਾ ਕਹਿਤਾ ਸੀ ਡਾਕਟਰ ਸਾਹਿਬ ਨੇ, ਇਹਨਾਂ ਨੂੰ ਵੀ ਇਹ ਹੋਸਪਿਟਲ ਤੋਂ ਓਪਰੇਟ ਕਰਨ ਨੂੰ ਕਹਿਤਾ ਸੀ, ਇਹਨਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਐਸੀ ਪ੍ਰੋਬਲਮ ਆ ਗਈ ਸੀਗੀ, ਇਹ ਤੁਰ ਨਹੀਂ ਸਕਦੇ ਸੀ, 2 ਬੰਦੇ ਫੜ ਕੇ ਲਿਜਾਂਦੇ ਸੀਗੇ, ਇਹਨਾਂ ਦਾ ਓਪਰੇਟ ਸੀਗਾ, ਇਹਨਾਂ ਨੂੰ ਫਿਰ ਅਸੀਂ ਇੱਥੇ ਲੈ ਕੇ ਆਏ ਹਾਂ। ਜਦੋਂ ਹੁਣ ਇੱਥੇ ਡਾਕਟਰ ਸਾਹਿਬ ਕੋਲ ਆਏ ਹਾਂ ਅਸੀਂ, ਫਿਰ ਇਹਨਾਂ ਦੀ ਵੀ 15 ਦਿਨ ਦੇ ਵਿੱਚ ਹੀ, ਆਹ ਤੁਸੀਂ ਅੱਜ ਦੇਖ ਲਓ, ਪਹਿਲਾਂ 2 ਬੰਦੇ ਫੜ ਕੇ ਲਿਜਾਂਦੇ ਸੀ, ਹੁਣ ਇਹ ਬੰਦਾ ਸਾਡੇ ਤੋਂ ਇਕੱਲਾ ਹੀ ਮੁੰਡੇ ਮੁੰਡੇ ਦੌੜਾ ਭੱਜਿਆ ਫਿਰਦਾ ਹੁਣ। ਜੀ ਜੀ, ਚਲੋ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਬਲਜੀਤ ਸਿੰਘ। ਅੱਛਾ ਬਲਜੀਤ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਸਰ ਟਾਂਡੇ ਤੋਂ। ਅੱਛਾ, ਤੁਸੀਂ ਵੀ ਟਾਂਡੇ ਤੋਂ, ਹੁਸ਼ਿਆਰਪੁਰ ਤੋਂ? ਇਕੱਠੇ ਹੀ ਫਰੈਂਡ ਹੀ ਸਾਰੇ। ਅੱਛਾ, ਸਾਰੇ ਫਰੈਂਡ ਸਰਕਲ ਆ ਤੁਹਾਡਾ, ਕੀ ਪ੍ਰੋਬਲਮ ਸੀ ਤੁਹਾਨੂੰ ਇਹ ਕਹਿ ਰਹੇ ਵੀ? ਹਾਂ, ਮੇਰੀ ਨਾ ਜਿੱਦਾਂ ਨਸਾਂ ਬਲੌਕ ਹੋ ਗਈਆਂ ਸੀਗੀਆਂ, ਫਿਰ ਮੈਂ ਨਾ MRI ਕਰਾਈ ਸੀਗੀ, ਉਹਦੇ 'ਚ ਆ ਗਿਆ ਕਿ ਨਸਾਂ ਬਲੌਕ ਆ, ਕਿ ਮਣਕੀਆਂ ਥੱਲੇ ਆ ਗਈਆਂ, ਕਿ ਬਹੁਤ ਜ਼ਿਆਦਾ ਪ੍ਰੋਬਲਮ ਸੀ, ਬਹੁਤ ਜ਼ਿਆਦਾ, ਕਿ ਤੁਰ ਫਿਰਨਾ ਵੀ ਬੰਦ ਹੋ ਗਿਆ, ਬੁਰਸ਼ ਕਰਨਾ ਵੀ ਮੁੰਦਾ ਹੋ ਕੇ ਬੰਦ ਹੋ ਗਿਆ ਸੀਗਾ। ਕੀ ਕਹਿ ਰਹੇ ਹੋ? ਜਿੱਦਾਂ ਮੈਂ ਇੱਦਾਂ ਮੁੰਦਾ ਹੋ ਕੇ ਬੁਰਸ਼ ਨਹੀਂ ਕਰ ਸਕਦਾ ਸੀ, ਇੰਨੀ ਪ੍ਰੋਬਲਮ ਸੀ, ਇੰਨੀ ਪ੍ਰੋਬਲਮ, ਇੰਨਾ ਵੀ ਨਹੀਂ ਝੁੱਕ ਸਕਦਾ ਸੀ।
ਤੇ ਨਹੀਂ ਚੁੱਕ ਸਕਦੇ ਸੀ, ਚੁੱਕ ਕੇ ਦਿਖਾਇਆ। ਹੁਣ ਤਾਂ ਮੈਂ ਭਾਵੇਂ ਪੈਰੀਆਂ ਹੱਥ ਲਾ ਲਓ, ਕੋਈ ਚੱਕਰ ਨਹੀਂ। ਪਹਿਲਾਂ ਐਂ ਹਲਕਾ ਜਿਹਾ ਵੁੱਛ ਵੀ ਨਹੀਂ ਕਰ ਸਕਦਾ ਸੀ, ਇੰਨਾ ਤੰਗ ਸੀਗਾ। ਅਤੇ ਮੇਰਾ ਖਿਆਲ ਵੀ ਇਹਨਾਂ ਨਾਲ ਮੈਨੂੰ ਇੱਥੇ ਲੈ ਕੇ ਆਏ ਸੀ ਤਾਂ ਮੈਨੂੰ 15ਵੇਂ ਕੁ ਦਿਨ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ, ਜਦਕਿ ਉਸ ਤੋਂ ਪਹਿਲਾਂ ਮੈਂ 35-40 ਹਜ਼ਾਰ ਰੁਪਇਆ ਖਰਾਬ ਕਰ ਚੁੱਕਾ ਸੀ ਘੁੰਮ ਘੁੰਮ ਕੇ। ਮੈਂ MRI ਵੀ ਕਰਾਈ, ਮੈਂ ਤੋਂ MRI ਵੀ ਘਰ ਪਈਆਂ, ਉਹਦੇ ਉੱਪਰ ਡਾਕਟਰ ਦਿਖਾਇਆ ਕਿ ਅੱਜ ਤੇਰੀ ਕਾਲੀ ਜੀ ਹੋਈ ਆ, ਇਹ ਤੇਰੀ ਬਲੌਕ ਹੋਈ ਆ ਸਾਰੀ। ਫਿਰ ਮੈਨੂੰ ਉਹਨਾਂ ਨੇ ਦਿੱਤੀ ਸੀ 10 ਦਿਨ ਦੀ ਦਵਾਈ, ਤਾਂ ਨਾਲ ਉਹਨਾਂ ਨੇ ਆਪਸ਼ਨਾਂ ਦੇ ਦਿੱਤੀਆਂ, ਕਹਿੰਦੇ ਜੇ ਤਾਂ 10 ਦਿਨ ਦੀ ਦਵਾਈ ਖਾ ਕੇ ਠੀਕ ਹੋ ਜੂਗਾ ਸਹੀ ਆ, ਨਹੀਂ ਤਾਂ ਇੱਕ ਤੇਰੇ ਟੀਕਾ ਲਾਵਾਂਗੇ, ਦੇ ਤੇਰੇ ਅਗਰ ਉਹਨਾਂ ਬਿਨਾਂ ਫਰਕ ਪਊ ਫੇਰ ਪਰੇਟ। ਫਿਰ ਮੈਂ 10 ਦਿਨ ਦੀ ਦਵਾਈ ਖਾਧੀ, ਮੈਨੂੰ ਕੋਈ ਫਰਕ ਨਹੀਂ ਪਿਆ। ਇਹਨਾਂ ਮੈਨੂੰ ਜ਼ੋਰ ਪਹਿਲਾਂ ਵੀ ਲਾਇਆ ਵੀ ਚੱਲੀਏ, ਉਹ ਐਵੇਂ ਘੋਲ ਕਰ ਗਏ। ਫਿਰ ਜਦੋਂ ਮੈਂ ਫਿਰ ਇਹਦੀ ਸਲਾਹ ਲਈ, ਫਿਰ ਹੋਰਾਂ ਵੀ ਕਈਆਂ ਲਿਆ, ਕਹਿੰਦੇ ਯਾਰ ਆਹ ਉਮਰ ਆ ਪਰੇਟ ਕਰਾਉਂਦੀ, ਦੇ ਕਰਾ ਕੇ ਤੂੰ ਰਹਿ ਜਾਣਾ ਬਿਲਕੁਲ। ਫਿਰ ਮੈਂ ਇਹਨੂੰ ਦੱਸਿਆ, ਇਹਨਾਂ ਨੇ ਫਿਰ ਨਾਲ ਹੀ ਮੈਨੂੰ ਇੱਥੇ ਲਿਆਇਆ। ਫਿਰ ਡਾਕਟਰ ਸਾਹਿਬ ਜਦੋਂ 15 ਕੁ ਦਿਨ ਦਵਾਈ ਦਿੱਤੀ ਨਬਜ਼ ਦੇਖ ਕੇ, ਮੇਰਾ ਤਾਂ ਐਕਸਰਾ ਵੀ ਨਹੀਂ, ਇਹਨਾਂ ਨੇ MRI ਵੀ ਨਹੀਂ ਚੱਜ ਨਾਲ ਦੇਖੀ, ਨਬਜ਼ ਦੇਖੀ ਇਹਨਾਂ ਨੇ। ਤਾਂ ਫਿਰ ਦੱਸਿਆ ਸੀ ਨਬਜ਼ ਦੇਖ ਕੇ ਤੁਹਾਨੂੰ? ਵੀ ਇਹਨਾਂ ਨੇ ਆਪਣਾ ਆਈਡੀਆ ਲਾ ਲਿਆ ਵੀ ਜੋ ਵੀ ਮੈਨੂੰ ਪ੍ਰੋਬਲਮ ਹੋਊਗੀ। ਫਿਰ ਮੈਂ ਦੱਸਿਆ, ਮੈਂ ਕਿਹਾ ਆਹ ਪ੍ਰੋਬਲਮ ਆ, ਵੀ ਜ਼ਿਆਦਾ ਬਹੁਤ ਪੁੱਛਦੀ ਨਹੀਂ, ਇਹਨਾਂ ਨੂੰ ਆਈਡੀਆ ਬਹੁਤ ਆ। ਤਾਂ ਦੱਸ ਕੇ 15 ਦਿਨ ਦਵਾਈ ਦਿੱਤੀ, ਉਹ ਤੋਂ ਬਾਅਦ ਮੈਨੂੰ ਯਾਨੀ ਕਿ 8ਵੇਂ 9ਵੇਂ ਦਿਨ ਹਲਕਾ ਹਲਕਾ ਮੇਰਾ ਬੁੱਛ ਹੋਣਾ ਸ਼ੁਰੂ ਹੋ ਗਿਆ, ਮੈਨੂੰ ਯਕੀਨ ਹੋ ਗਿਆ ਵੀ ਸਹੀ ਆ। ਅਗਲੇ ਹਫ਼ਤੇ ਮੈਂ ਇਹਨਾਂ ਨੂੰ 15 ਦਿਨ ਪਹਿਲਾਂ ਨੂੰ ਪਹਿਲਾਂ ਤਿਆਰ ਸੀ ਮੈਂ ਉਹਨੂੰ, ਅਤੇ ਇੰਨਾ ਮੈਨੂੰ ਫਰਕ ਪਿਆ, ਹੁਣ ਬਿਲਕੁਲ ਕਾਇਮ ਆ। ਹੁਣ ਮੈਂ ਵੀ ਮਾਮੂਲੀ ਜਿਹੀ ਆ ਕਰਦਾ। ਕੰਮ ਕਰਦੇ ਤੁਸੀਂ? ਮੇਰੇ ਕੋਲ ਬੱਸ ਆ ਸਕੂਲ ਦੀ। ਅੱਛਾ, ਫਿਰ ਬੱਸ ਚਲਾਉਂਦੇ ਸੀ ਤੁਸੀਂ? ਇੰਨੀ ਦਰਦ ਵਾਲੀ ਹਾਲਾਤ 'ਚ ਇਹ ਇੱਕ ਦੇਖੋ, ਫਿਰ ਮੇਰਾ ਜਿਹੜਾ BP ਆ ਉਹ 200 ਟਿਕਿਆ ਸੀ, ਥਾਇਰਡ ਦੀ ਸ਼ਿਕਾਇਤ ਸੀਗੀ, ਫਿਰ ਕੈਸਟਰੋਲ ਦੇ ਵਧਿਆ ਸੀ। ਹੁਣ ਉਹ ਚੀਜ਼ਾਂ ਮੈਨੂੰ ਪਤਾ ਨਹੀਂ ਕਿੱਥੇ ਆ। ਹੁਣ ਤਾਂ ਡਾਕਟਰ ਸਾਹਿਬ ਕੋਲ ਅਸੀਂ ਦਵਾਈ ਲੈਣੀ ਇੱਕ ਇੰਜੋਏਮੈਂਟ ਵਾਂਗੂ ਆਉਂਦੇ ਆਪਾਂ ਤਾਂ ਹੁਣ ਇਹ ਵੀ ਕਿਹਾ ਡਾਕਟਰ ਸਾਹਿਬ ਨੂੰ ਅਸੀਂ, ਕਿ ਅਸੀਂ ਠੀਕ ਵੀ ਹੋ ਗਏ ਨਾ, ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਨ ਜ਼ਰੂਰ ਆਵਾਂਗੇ। ਅਸੀਂ ਬਹੁਤ ਪੈਸੇ ਖਰਾਬ ਕੀਤੇ, PGI ਖਰਾਬ ਕੀਤੇ ਜਾਂ ਕਿੱਦਾਂ ਕੀਤੇ ਆ, ਪਰ ਸਾਨੂੰ ਵਧੀਆ ਲੱਗਾ ਇੱਕ ਦਵਾਈ। ਇੱਕ ਸਭ ਤੋਂ ਵਧੀਆ ਗੱਲ ਹੈ ਇਹਨਾਂ ਦੀ ਮੈਡੀਸਨ ਬਿਲਕੁਲ ਕੋਸਟਲੀ ਹੈ ਨਹੀਂ, ਬਿਲਕੁਲ ਸਸਤੀ ਔਰ ਇੱਕ ਬਿਲਕੁਲ ਵਧੀਆ ਕੋਸਟਲੀ, ਸਾਡੇ ਵਰਗੇ ਲੋਕ ਜਿਹੜੇ ਅਫੋਰਡ ਕਰ ਸਕਦੇ ਨੇ। ਬਿਲਕੁਲ ਜੀ ਬਿਲਕੁਲ, ਮਾੜੇ ਤੋਂ ਮਾੜਾ ਜੋ ਗਰੀਬ ਤੋਂ ਗਰੀਬ ਵੀ ਆ ਉਹ ਦਵਾਈ ਇਹਨਾਂ ਦੀ ਅਫੋਰਡ ਕਰ ਸਕਦਾ। ਕਿਸੇ ਨੂੰ ਡਾਊਟ ਹੋਵੇ ਬੇਸ਼ੱਕ ਮੇਰਾ ਪਰਸਨ ਨੰਬਰ ਦੇ ਦਿਓ, ਮੈਂ ਸਾਰਾ ਦੱਸੂਗਾ ਭਾਈ ਕਿ ਇਹ 'ਚ ਕੋਈ ਨਹੀਂ ਹੈਗਾ, ਕਿੱਦਾਂ ਕਹਿੰਦੇ ਵੀ ਬੰਦਾ ਕਿ ਸੱਦ ਕੇ ਲਿਆਂਦਾ, ਇੱਦਾਂ ਦਾ ਕੋਈ ਚੱਕਰ ਨਹੀਂ ਹੈਗਾ ਬੇਸ਼ੱਕ। ਫਿਰ ਜਦੋਂ ਇੰਨਾ ਦਰਦ ਸੀ, ਤੁਸੀਂ ਦੱਸ ਰਹੇ ਸੀ ਮੋਟਰਸਾਈਕਲ 'ਤੇ ਕਿਵੇਂ ਬਹਿੰਦੇ ਸੀ ਗੱਡੀ, ਵਿਚਾਰਾ ਮੋਟਰਸਾਈਕਲ 'ਤੇ ਚੜਾਉਂਦਾ ਸੀ, ਉੱਧਰੋਂ ਮੈਨੂੰ ਬੱਸ ਲਾ ਕੇ ਹੈਲਪਰ ਲਾਉਂਦਾ ਸੀ, ਕਿ ਹਿਸਾਬ ਲਾ ਲਓ ਕਿ ਮੈਂ ਨਾ ਇੱਟ ਰੱਖ ਕੇ ਪੌਡਾ ਚੜ੍ਹਦਾ ਸੀ, ਇੰਨਾ ਤੰਗ ਸੀ, ਬਹੁਤ ਜ਼ਿਆਦਾ ਤੰਗ ਸੀਗਾ ਕਿ ਮੈਨੂੰ ਉੱਠਣਾ ਬੈਠਣਾ ਬਿਲਕੁਲ ਹੀ ਔਖਾ ਹੋ ਗਿਆ ਸੀਗਾ। ਫਿਰ ਮੈਂ ਕੁਛ ਡਰਾਈਵਰ 'ਤੇ ਗੱਡੀ 'ਤੇ ਡਰਾਈਵਰ ਧੰਨ ਹੈ, ਫਿਰ ਤਾਂ ਸਾਡੀ ਭਰਜਾਈ। ਹਾਂਜੀ ਭਰਜਾਈ ਧੰਨ ਹੈ। ਹੋਰ ਜੀ ਹੋਰ ਹੋਰ ਪਤਾ ਨਹੀਂ, ਉਹਨਾਂ ਨੂੰ ਵੀ ਸਮਾਂ ਲੈ ਕੇ ਉਹਨਾਂ ਨੂੰ ਹਲਕੀ ਜਿਹੀ ਪ੍ਰੋਬਲਮ ਹੈਗੀ ਆ, ਤਾਂ ਫੜ ਕੇ ਲਾਉਂਦਾ, ਇੰਨਾ ਬੁਰਾ ਹਾਲ ਸੀਗਾ ਬਹੁਤ। ਆਪਾਂ ਨੂੰ ਇੰਨਾ ਯਕੀਨ ਆ ਕਿ ਜੇ ਡਾਕਟਰ ਸਾਹਿਬ ਕੋਲ ਦਵਾਈ ਖਾਊਂਗਾ ਮੈਨੂੰ ਜਿਹੜਾ 100 ਸਾਲ ਤੋਂ ਪਹਿਲਾਂ ਬੰਦਾ ਮਰਦਾ ਨਹੀਂ, ਕਿਉਂ ਤੁਹਾਡੇ ਸਰੀਰ ਦੀ ਜਾਂ ਫਿਟਨੈਸ ਹੋ ਗਈ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਮਰਨ ਦਾ, ਕਿ ਤੁਹਾਡੀ ਫਿਟਨੈਸ ਸਹੀ ਆ, ਕਾਫੀ ਫਰਕ ਹੈ, ਬਹੁਤ ਵਧੀਆ। ਬਾਕੀ ਨੇਚਰ ਬਹੁਤ ਵਧੀਆ ਇਹਨਾਂ ਦਾ, ਗੱਲ ਵਧੀਆ ਤਰੀਕੇ ਨਾਲ ਸੁਣਦੇ ਆ, ਕੋਈ ਨਹੀਂ ਇੱਦਾਂ ਦਾ ਬੋਲਦੇ ਜਿੱਦਾਂ ਬਾਜੇ ਬੋ ਖਿੱਚ ਜਾਂਦੇ ਆ, ਇੱਦਾਂ ਨਹੀਂ, ਤਸੱਲੀ ਨਾਲ ਗੱਲ ਸੁਣਦੇ ਆ। ਹਾਂ, ਅਤੇ ਬਾਕੀ ਇਹਨਾਂ ਦਾ ਨਬਜ਼ ਫੜਨ ਦਾ ਬਹੁਤ ਤਰੀਕਾ ਵਧੀਆ ਆ ਕਿ ਬੰਦਾ ਤਾਂ ਕਹੂੰਗੇ ਵੀ ਨਾ ਵੀ ਤੁਸੀਂ ਆਹ ਡਾਕਟਰ ਸਾਹਿਬ ਲੈ ਲਓ ਪਰਚੀ, ਨਾ ਹੁਣ ਦੇਖ ਕੇ ਸੁਧਾਰ ਦੇਣਾ, ਤੁਹਾਨੂੰ ਵੀ ਦੇਖ ਕੇ ਦੱਸ। ਹਾਂ, ਮੈਂ ਤਾਂ ਭਰਾ ਪੈਰੀਆਂ ਸਲਾਉਂਦਾ ਉਹਨਾਂ ਜਾ ਕੇ ਕਿ ਮੈਨੂੰ ਇੰਨਾ ਫਰਕ ਆ, ਚਲੋ ਇੱਜ਼ਤਮਾਨ ਹੁੰਦਾ ਕਹਿਣ ਦਾ ਭਾਵ ਕਿ। ਹਾਂ, ਅਤੇ ਬਹੁਤ ਵਧੀਆ ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਕਹਿੰਦੇ ਬ੍ਰਸ਼ ਨਹੀਂ, ਚਲੋ ਘੱਟੋ ਘੱਟ ਹੁਣ ਤਾਂ ਨਹੀਂ ਵਾਧੂ ਆ, ਹੁਣ ਤਾਂ ਕੋਈ ਟੈਨਸ਼ਨ ਨਹੀਂ ਹੈਗੀ। ਹਾਂ, ਮੇਰੇ ਖਿਆਲ ਵੱਧ ਤੋਂ ਵੱਧ 3 ਕੁ ਮਹੀਨੇ ਖਾਧੀ ਹੋਣੀ, ਚੌਥਾ ਮਹੀਨਾ ਚੱਲਦਾ, ਤਾਂ ਮੈਂ ਸੋਚਿਆ ਕਿ ਥੋੜ੍ਹੀ ਖਾਣੀ ਆ ਜਾਣਾ, ਪੂਰਾ ਬਾਂਗਾ ਵਰਗਾ ਬੰਦਾ ਹੋ ਗਿਆ ਫੇਰਨਾਗੇ। ਜੀ ਜੀ, ਸਾਡੇ ਨਾਲ ਦੋਸਤ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਬ੍ਰਦਰ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਅਮਨਦੀਪ ਸਿੰਘ ਹੈ ਜੀ। ਅੱਛਾ, ਅਮਨਦੀਪ ਸਿੰਘ, ਤੁਸੀਂ ਇਹਨਾਂ ਦੇ ਨਾਲ ਹੀ? ਹਾਂਜੀ, ਨਾਲ ਹੀ ਫਰੈਂਡ ਹੀ ਹੈ। ਕੀ ਹਾਲਾਤ ਸੀ? ਤੁਸੀਂ ਮੈਨੂੰ ਲੱਗਦਾ ਕਿ ਜਿਹੜੇ ਦੋਸਤ ਫਰੈਂਡ ਸਰਕਲ ਹੈਗਾ ਉਹਨਾਂ ਨੂੰ ਹਾਲਾਤ ਕੰਪੈਰੀਟਿਵਲੀ ਜ਼ਿਆਦਾ ਪਤਾ ਹੁੰਦਾ, ਹਾਲਾਤ ਕੀ ਸੀ ਭੰਗੂ ਸਾਹਿਬ ਕੋਲ ਆਉਣ ਤੋਂ ਪਹਿਲਾਂ? ਜੀ, ਇਹਨੂੰ ਇੱਕ ਸਟੈਪ ਵੀ ਜਿਹੜਾ ਸੀ ਇਹਦਾ ਫੜ ਕੇ ਚੜਾਈਦਾ, ਜੇ ਵਾਸ਼ਰੂਮ ਵੀ ਜਾਣਾ ਤੇ ਉਹ ਵੀ ਫੜ ਕੇ ਲੈ ਕੇ ਜਾਂਦੇ ਸੀ, ਇੰਨੇ ਮਾੜੇ ਹਾਲਾਤ ਸੀਗੇ, ਪਰ ਹੁਣ ਤਾਂ ਚਲੋ ਬਹੁਤ ਵਧੀਆ, ਇਕੱਲੇ ਦੌੜੇ ਫਿਰਦੇ ਆ। ਹਾਂਜੀ। ਅੱਛਾ, ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ, ਇਹਨਾਂ ਦੀ ਤੁਸੀਂ ਤਕਲੀਫ ਦੇਖੀ, ਇਸ ਭਰਾ ਦੀ ਵੀ ਤੁਸੀਂ ਤਕਲੀਫ ਦੇਖੀ, ਹੈ ਨਾ, ਜਿਹੜੇ ਇਸ ਵੇਲੇ ਇਹਨਾਂ ਤਕਲੀਫਾਂ ਦੇ ਵਿੱਚੋਂ ਲੰਘ ਰਹੇ ਨੇ, ਉਹ ਸਾਰੀ ਦੁਨੀਆਂ 'ਚ ਬੈਠੇ ਤੁਹਾਨੂੰ ਵੇਖ ਰਹੇ ਨੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਅਸੀਂ ਤਾਂ ਇਹੀ ਕਹਾਂਗੇ, ਜ਼ਰੂਰ ਜੇ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਹੈਗੀ ਆ, ਡਾਕਟਰ ਸਾਹਿਬ ਕੋਲ ਆਓ, ਡਾਕਟਰ ਸਾਹਿਬ ਵਧੀਆ ਆ,
ਵਧੀਆ ਗੱਲ ਸੁਣਦੇ ਆ, ਵਧੀਆ ਦਵਾਈ ਦਿੰਦੇ ਆ, ਕੋਈ ਐਡੀ ਮਹਿੰਗੀ ਦਵਾਈ ਨੀਗੀ, ਆਰਾਮ ਆਉਂਦਾ ਆ ਜੀ ਸਾਨੂੰ। ਮੈਂ ਖੁਦ ਖਾਣ ਡਿਆ ਜੀ, ਮੇਰੇ ਵੀ ਲੀਵਰ 'ਚ ਪ੍ਰੋਬਲਮ ਸੀਗੀ, ਮੈਂ ਨਾਲ ਹੀ ਆਉਣਾ। ਮੈਂ ਤੁਹਾਡੇ ਵੀ ਦੇਖਣ ਨੂੰ ਤਾਂ ਲੱਗਦਾ ਨਹੀਂ ਬ੍ਰਦਰ, ਲੱਗਦਾ ਹੁਣ ਨਹੀਂ ਲੱਗਦਾ ਜੀ, ਹੁਣ ਫਿੱਟ ਹੋ ਗਏ ਨਾ, ਹੁਣ ਕਿਹੜੇ ਜਨਵਰੀ ਮਹੀਨੇ ਦੇ ਆਉਂਦੇ ਆ ਜੀ। ਪਹਿਲਾਂ ਤਾਂ ਸਾਡੀ ਜਿੱਦਾਂ ਏਜ ਆ ਨਾ, ਏਜ ਤੋਂ ਅਸੀਂ ਓਵਰ ਏਜ ਲੱਗਣ ਲੱਗ ਪਏ ਸੀਗੇ, ਇੱਦਾਂ ਲੱਗਦਾ ਵੀ ਸਾਡੀ ਏਜ ਘੱਟ ਜ਼ਿਆਦਾ ਵੀ ਜ਼ਿਆਦਾ ਏਜ ਹੋ ਗਈ ਸਾਡੀ, ਹਰ ਪਰ ਬੁੱਢੇ ਬੁੱਢੇ ਫੀਲ ਹੋਣ ਲੱਗੇ, ਬੁੱਢੇ ਬੁੱਢੇ ਕਿ ਸਾਡੇ ਸਵਾਹ ਹੀ ਚੜੀ ਜਾਣਾ। ਅਸੀਂ ਤੁਰਦੇ ਸੀ ਸਾਨੂੰ ਇੱਦਾਂ ਲੱਗਦਾ ਵੀ ਜਿੱਦਾਂ ਸਾਡੀ ਓਵਰ ਏਜ ਹੋ ਗਈ ਆ। ਹੁਣ ਇੱਥੋਂ ਤੱਕ ਅਸੀਂ ਡਾਕਟਰ ਸਾਹਿਬ ਦੇ ਆਪਣੇ ਆ ਜਿਹੜੇ ਦੇਖਿਆ, ਆਪਣਾ ਆਪ ਨੂੰ ਪਰਖ ਲਿਆ ਬੰਦਿਆਂ ਨੂੰ, ਆਹ ਬੰਦੇ ਨੂੰ ਪਰਖਿਆ ਸੀ, ਆਹ ਪਰਖਿਆ, ਆਹ ਮੇਰਾ ਇੱਕ ਫਰੈਂਡ ਸੀ ਇਹ ਦਵਾਈ ਗਿਆ, ਆ ਜਾਓ ਭਾਜੀ ਇਹ ਦਵਾਈ ਗਏ ਆ, ਤਿੰਨ ਦੋ ਕੁ ਤਿੰਨ ਮਹੀਨੇ ਹੋਏ ਇਹਨਾਂ ਨੂੰ ਗਏ ਦਵਾਈ, ਇਹਨਾਂ ਦੇ ਪ੍ਰੋਬਲਮ ਆ ਗਈ, ਇਹਨਾਂ ਨੂੰ ਦਵਾਈ ਤੋਂ ਮੈਂ ਬੁਲਾਇਆ ਇੱਥੇ। ਮੈਂ ਕਿਹਾ ਤੁਸੀਂ ਇੱਥੇ ਇੰਡੀਆ ਆਓ, ਤੁਸੀਂ ਇੱਥੇ ਆਓ, ਇੱਥੇ ਡਾਕਟਰ ਸਾਹਿਬ ਤੁਸੀਂ ਦਵਾਈ ਖਾਓ, ਮੈਨੂੰ ਪਤਾ ਜੇ ਸਾਡਾ ਆਹ ਬੰਦੇ ਨੂੰ ਦੋ ਜਣੇ ਫੜ ਕੇ ਲਿਜਾਂਦੇ ਉਹ ਠੀਕ ਹੋ ਸਕਦਾ, ਅਤੇ ਇਹ ਤਾਂ ਫਿਰ ਸਾਡਾ ਚੱਲਦਾ ਫਿਰਦਾ ਆ। ਸੋ ਅਸੀਂ ਭਾਅ ਜੀ ਨਾਲ ਵੀ ਗੱਲ ਕਰਦੇ ਹਾਂ, ਕੀ ਪ੍ਰੋਬਲਮ ਲੈ ਕੇ ਆਉਣੀ? ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਅਮਰਜੀਤ ਸਿੰਘ। ਅੱਛਾ, ਤੁਸੀਂ ਕਿੱਥੋਂ ਆਏ ਹੋ? ਮੈਂ ਵੀ ਹੁਸ਼ਿਆਰਪੁਰ ਤੋਂ ਜੀ। ਅੱਛਾ, ਫਿਲਹਾਲ ਕਿੱਥੇ ਸੈਟਿੰਗ ਦੁਬਈ ਕੀਤੀ ਹੋਈ? ਹਾਂਜੀ ਦੁਬਈ। ਅੱਛਾ, ਕੀ ਪ੍ਰੋਬਲਮ ਲੈ ਕੇ ਆਏ ਹੋ? ਮੇਰੇ ਲੱਤ ਸੌਂਦੀ ਦਿੱਲੀ। ਅੱਛਾ, ਹਾਂਜੀ ਪੈਰ ਤੋਂ ਲੱਗ। ਕਹਿ ਖੋ ਕੇ ਉਠਾਲ ਲਿਆ ਕਰੋ, ਉਠਾਲਣ ਦੀ ਕੋਸ਼ਿਸ਼ ਨਹੀਂ ਕੀਤੀ ਦਵਾਈ ਖਾ ਕੇ? ਨਹੀਂ, ਹੁਣ ਗੱਲ ਨਹੀਂ ਬਣੀ, ਇਹ 2 ਮਹੀਨੇ ਹੋਏ ਸੀ ਗਏ ਨੂੰ ਅਤੇ ਵਾਪਸ ਆਉਣਾ। ਅੱਛਾ, ਅਜੇ 2 ਮਹੀਨੇ ਹੋਏ? ਹਾਂਜੀ। ਅਤੇ ਹੁਣ ਫਿਰ ਇਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਵੀ ਆ ਜਾਓ ਇੱਥੇ ਵੀ ਕਰਾਉਂਦੇ ਤੁਹਾਡਾ। ਜੀ ਜੀ, ਹਾਂਜੀ। ਚਲੋ, ਜਦੋਂ ਠੀਕ ਹੋ ਗਏ ਅਸੀਂ ਫਿਰ ਤੁਹਾਨੂੰ ਮਿਲਾਂਗੇ, ਪਰਮਾਤਮਾ ਕਰੇ, ਦੁਨੀਆ ਬੜੀ ਗੋਲ ਜੀ ਹੈ, ਕਦੇ ਮਿਲੇ ਫਿਰ ਤੁਹਾਡੀ ਅਸੀਂ ਗੱਲਬਾਤ ਜ਼ਰੂਰ ਸੁਣਾਂਗੇ। ਸੋ ਇਹ ਦੇਖੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ, ਇਹ ਭਾਈਚਾਰਾ ਹੈਗਾ ਜਿਹੜਾ ਸਾਡਾ, ਅਸੀਂ ਕਹਿ ਲਈਏ ਕਿ ਹੁਣ ਤੱਕ ਇਹ ਵੀ ਯੰਗ ਭਾਈਚਾਰਾ, ਹੁਣ ਤਾਂ ਨਹੀਂ ਬੁੱਢੇ ਫੀਲ ਹੁੰਦੇ? ਹੁਣ ਤਾਂ ਬਿਲਕੁਲ ਜਾਂਗਾ ਜੀ, ਹੁਣ ਤਾਂ ਅਸੀਂ ਜੇ ਅੱਗੇ ਪਹਿਲਾਂ ਗੱਡੀ ਜਾਂਦੇ, ਹੁਣ ਤਾਂ ਡਾਕਟਰ ਸਾਹਿਬ ਦੌੜ ਕੇ ਸਾਨੂੰ ਭਦੌੜ ਕੇ ਵੀ ਆ ਜਾਣਾ, ਆਪਣੇ ਨੂੰ ਬੈਟਰ ਫੀਲ ਕਰਦੇ ਹੋਏ ਆ ਅਸੀਂ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਲੋਕ ਨੇ ਵੱਖ ਵੱਖ ਥਾਵਾਂ ਤੋਂ ਇੱਥੇ ਪਹੁੰਚੇ ਹੋਏ ਨੇ, ਕੁਛ ਕੁ ਹੋਰ ਲੋਕ ਵੀ ਨੇ ਸਾਡੇ ਨਾਲ, ਇੱਕ ਹੋਰ ਬਾਪੂ ਜੀ ਵੀ ਨੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਹੈ ਤੁਹਾਡਾ? ਨਛੱਤਰ ਸਿੰਘ ਜੀ। ਅਤੇ ਤੁਸੀਂ ਕਿੱਥੋਂ ਆਏ ਹੋ? ਇਕੱਠੇ ਹੀ ਹਾਂ ਜੀ। ਅੱਛਾ, ਇਕੱਠੇ ਹਾਂ, ਤੁਹਾਨੂੰ ਵੀ ਕੋਈ ਪ੍ਰੋਬਲਮ? ਮੈਂ ਹਾਂ, ਇਹਨਾਂ 'ਤੇ ਪਹਿਲਾਂ ਆਉਣਾ ਜੀ। ਅੱਛਾ, ਤੁਹਾਨੂੰ ਕੀ ਪ੍ਰੋਬਲਮ ਹੈ? ਮੈਨੂੰ ਮੇਰੇ ਪੈਰਾਂ 'ਚੋਂ ਸੀਕ ਨਿਕਲਦਾ ਸੀਗਾ ਜੀ। ਅੱਛਾ, ਤਾਂ ਪਹਿਲਾਂ ਮੈਂ ਉਦੋਂ ਚੰਡੀਗੜ੍ਹ 'ਤੇ ਵੀ ਦਵਾਈ ਪੀ ਜੀ ਆਈ 'ਚ ਵੀ ਲਈ ਜੀ। ਅੱਛਾ, ਤਾਂ ਉੱਥੋਂ ਚੱਲ ਉਹਨੇ ਸ਼ੂਗਰ ਮੇਰੀ ਸੈੱਟ ਕਰਤੀ, ਪੈਰ ਨਾਲ ਠੀਕ ਹੋਏ ਜੀ। ਫਿਰ ਤੁਹਾਡੇ ਚੈਲੰਜ ਜ਼ਰੂਰ, ਮੈਂ ਘਰ ਬੈਠੇ ਨੇ ਤੁਹਾਡੀ ਵੀਡੀਓ ਦੇਖੀ ਜੀ। ਫਿਰ ਇਹਨੇ ਇੱਕ ਮੈਨੂੰ ਮੂੰਗਫਲੀ ਬਾਰੇ ਦੱਸਿਆ ਸੀਗਾ, ਉਹ ਹਾਂ ਕੱਚੀ ਮੂੰਗ, ਹਾਂ ਜੀ, ਉਹ ਮੈਂ ਖਾਧਾ, ਉਹ ਮੈਨੂੰ ਬਹੁਤ ਸੈੱਟ ਬੈਠਿਆ। ਫਿਰ ਮੈਂ ਸੋਚਿਆ ਵੀ ਜਿਹੜਾ ਮੇਰਾ ਮੂੰਗਫਲੀ ਨਾਲ ਮੈਂ ਸੈੱਟ ਹੋ ਸਕਦਾ, ਫਿਰ ਜੇ ਮੈਂ ਉੱਥੇ ਉਹਨਾਂ ਕੋਲ ਚਲ ਜਾਵਾਂ ਤਾਂ ਫਿਰ ਹੋਰ ਵੀ ਫਾਇਦਾ। ਹਾਂ, ਮਤਲਬ ਤੁਸੀਂ ਇਹ ਸੋਚਦੇ ਵੀ ਜਿਹੜੇ ਡਾਕਟਰ ਨੇ ਘਰੇ ਬਹਿ ਕੇ ਮੂੰਗਫਲੀ ਖਿਲਾ ਕੇ ਠੀਕ ਕਰਤਾ ਅਤੇ ਨੁਸਖਿਆਂ 'ਚ ਤਾਂ ਜਾਨ ਹੋਊਗੀ? ਹਾਂ ਜੀ, ਹਾਂ ਜੀ। ਫਿਰ ਕਿੰਨੇ ਟਾਈਮ ਬਾਅਦ ਤੁਹਾਡੇ ਸੇਕ ਹਟਣ ਸ਼ੁਰੂ ਹੋਇਆ? ਸੇਕ ਹੁਣ ਉਹਦਾ ਸੇਕ ਤਾਂ ਨਹੀਂ ਨਿਕਲਦਾ ਜੀ, ਉਹਦਾ ਥੋੜ੍ਹੀ ਜਿਹੀ ਜਾਣੀ ਕਿ ਪੈਰ ਜਿੱਦਾਂ ਸਖਤ ਜਿਹੇ ਹੁੰਦੇ ਨਾ, ਜਾਂ ਸੌਂ ਜਾਂਦਾ ਸੁਣ ਜਾ ਇੱਦਾਂ ਹੈ ਜੀ, ਪਰ ਉਹ ਅੱਗੇ ਨਾਲ ਮੈਨੂੰ ਬਹੁਤ ਫਾਇਦਾ। ਮੈਂ ਅੱਗੇ ਮੈਂ ਵੀ ਜਿੱਦਾਂ ਉਹ ਭਾਈ ਜੀ ਆਪਣੇ ਦੱਸਿਆ ਵੀ ਹਿੱਲ ਨਾ ਸਕਦਾ, ਮੈਂ ਨਿਆਣੇ ਮੈਨੂੰ ਚੱਕ ਚੁੱਕ ਕੇ ਇੱਧਰ ਉੱਧਰ ਕਰਦੇ ਸੀ। ਇਸ ਤਰ੍ਹਾਂ ਦੀ ਕੀ ਪ੍ਰੋਬਲਮ ਸੀ? ਮੇਰੀਆਂ ਨਾੜਾਂ ਬਲੌਕ ਹੋ ਗਈਆਂ ਸੀਗੀਆਂ ਜੀ ਪਹਿਲਾਂ, ਸ਼ੂਗਰ ਕਰਕੇ ਜ਼ਿਆਦਾ ਜੀ। ਤਾਂ ਹੁਣ ਜਿੱਦਣ ਦੀ ਜਾਣੀ ਮੈਂ ਇਹਨਾਂ ਦੀ ਦਵਾਈ ਲੈਂਦਾ, ਮੈਂ ਕੰਮ ਸਾਰਾ ਘਰ ਦਾ ਕਰਦਾ ਜੀ, ਪੱਠੇ ਟੁੱਕੇ ਖੇਤੀਬਾੜੀ ਦਾ ਸਭ ਕੰਮ ਕਰਦਾ ਜੀ। ਬਾਪੂ ਜੀ ਠੀਕ ਠੀਕ ਲਾ ਲਓ। ਨਹੀਂ ਠੀਕ ਹੈ ਜੀ, ਮੈਂ ਕੋਈ ਝੂਠ ਬੋਲਣਾ, ਮੈਂ ਆਪਣੀ ਗੱਲ ਦੱਸਦਾ, ਮੈਂ ਕਿਸੇ ਦੀ ਤਾਂ ਨਹੀਂ ਦੱਸਦਾ। ਹਾਂ, ਪਰ ਦੱਸਦਾ ਤੁਹਾਨੂੰ ਇਹ ਹੈ ਵੀ ਬੱਚੇ ਚੱਕ ਕੇ ਇੱਧਰ ਉੱਧਰ ਕਰਦੇ? ਹਾਂ ਜੀ, ਹਾਂ ਜੀ। ਸੋ ਤੁਸੀਂ ਦੇਖੋ, ਇਹ ਉਹ ਸ਼ਖਸ ਹੈਗੇ ਨੇ, ਅਸੀਂ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਹਾਂ, ਜਿਹੜਿਆਂ ਨੂੰ ਆਪਣੇ ਹਿਸਾਬ ਨਾਲ ਆਪਣੇ ਜਿਹੜੀ ਚਾਲ ਵੀ ਨਹੀਂ ਬਣਾ ਸਕਦੇ ਸੀ ਕਿਸੇ ਕੰਮ ਦੀ, ਤੁਰ ਫਿਰ ਵੀ ਨਹੀਂ ਸੀ ਸਕਦੇ, ਅਤੇ ਕੁਦਰਤ ਦੇ ਵਿੱਚ ਕਿੰਨੀ ਜਾਨ, ਕਿੰਨੀ ਕੁਦਰਤ ਦੇ ਵਿੱਚ ਪਾਵਰ ਹੈ, ਬਾਪੂ ਜੀ ਸਾਡੇ ਨਾਲ ਉਹ ਤਜਰਬਾ ਸਾਂਝਾ ਕਰ ਰਹੇ ਨੇ ਜੀ। ਬਾਪੂ ਜੀ, ਹਾਂ ਜੀ, ਬਾ ਫਿਰ ਮੈਂ ਜੋ ਤੁਹਾਡੇ ਚੈਨਲ ਦੇ ਜ਼ਰੀਏ ਫਿਰ ਮੈਂ ਇੱਥੇ ਇਹਨਾਂ ਕੋਲ ਪਹੁੰਚਿਆ ਜੀ, ਤਾਂ ਇਹਨਾਂ ਜ਼ਰੀਏ ਤੁਹਾਡੇ ਨਾਲ ਗੱਲਬਾਤ ਹੋਈ ਹੈ ਜੀ। ਫਿਰ ਇੱਦਾਂ ਮੈਂ ਅਸੀਂ ਬੈਠੇ ਸੀਗੇ ਜੀ, ਮੈਂ ਭਾਈ ਸਾਹਿਬ ਨੂੰ ਦੱਸਿਆ,
ਮੈਂ ਕਿਹਾ ਜੀ ਤੁਸੀਂ ਮੈਂ ਇੱਦਾਂ ਠੀਕ ਹੋਇਆ ਵੀ ਜੇ ਤੁਸੀਂ ਮੇਰੇ ਨਾਲ ਚੱਲੋ ਤਾਂ ਤੁਹਾਡੇ ਵੀ ਪਰਮਾਤਮਾ ਮਿਹਰ ਕਰੂਗਾ। ਮੈਂ ਫਿਰ ਅੱਜ ਇਹ ਮੇਰੇ ਨਾਲ ਇਸ ਕਰਕੇ ਆਏ। ਅੱਛਾ ਬਾਪੂ ਜੀ, ਜਿਹੜੇ ਤੁਹਾਡੀ ਉਮਰ ਦੇ ਲੋਕ ਹੈਗੇ ਨੇ, ਬਹੁਤ ਵਾਰ ਹੁੰਦਾ ਇੰਨਾ ਕੁ ਪੈਸਾ ਲੱਗ ਜਾਂਦਾ ਨਾ ਅਸੀਂ ਬਿਮਾਰੀ 'ਤੇ, ਉਹ ਕੱਖੋਂ ਹੌਲੇ ਹੋ ਜਾਂਦੇ, ਉਹਨਾਂ ਨੂੰ ਕੀ ਕਹੋਗੇ ਤੁਸੀਂ? ਅਸੀਂ ਜਿੱਥੇ ਮਰਜ਼ੀ ਚਲੋ ਪੈਸੇ ਲੈਂਦੇ ਆ, ਅਸੀਂ ਤਾਂ ਉਹਨਾਂ ਨੂੰ ਇਹੀ ਕਹਾਂਗੇ ਵੀ ਜਿੱਥੇ ਤੁਹਾਨੂੰ ਸਹੀ ਚੀਜ਼ ਮਿਲਦੀ ਉੱਥੇ ਪਹੁੰਚੋ ਜੀ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੱਥਾ ਥੋੜਾ ਬਹੁਤ ਹੈ ਜੀ। ਹਾਂਜੀ ਬਹੁਤ ਜ਼ਿਆਦਾ, ਮਤਲਬ ਕਿ 15 ਡੇਜ਼ ਦੇ ਵਿੱਚ 50% ਮਤਲਬ ਫਰਕ ਪੈ ਗਿਆ। ਹੁਣ ਕਿ ਏਦਾਂ ਹੀ ਯੂਟਿਊਬ ਰਾਹੀਂ ਥੋੜ੍ਹਾ ਮੈਨੂੰ ਸਹੀ ਲੱਗਿਆ ਅਤੇ ਫਿਰ ਮੈਂ ਕਿਹੜਾ ਨੁਸਖਾ, ਤੁਹਾਨੂੰ ਕਿਹੜਾ ਨੁਸਖਾ ਪਸੰਦ ਆਇਆ ਸੀ ਇਹਨਾਂ ਦਾ ਸੁਣ ਕੇ ਤੁਸੀਂ ਆ ਗਏ? ਇਹਨਾਂ ਦੇ ਮਤਲਬ ਕਿ ਸਾਰਾ ਸੁਣਿਆ, ਜਿਵੇਂ ਲੋਕਾਂ ਦੇ ਵਿਊਜ਼ ਸੁਣੇ, ਹੈ ਨਾ, ਮੈਨੂੰ ਵਧੀਆ ਲੱਗਿਆ, ਮੈਨੂੰ ਲੱਗਿਆ ਕਿ ਸਹੀ ਹੈ, ਕਿਉਂਕਿ ਅੱਜ ਕੱਲ੍ਹ ਜਿਵੇਂ ਹੁਣ ਅੰਗਰੇਜ਼ੀ ਦਵਾਈਆਂ ਨਹੀਂ ਖਾਈਆਂ ਜਾਂਦੀਆਂ, ਹੈ ਨਾ, ਕਿਉਂਕਿ ਹੋਰ ਜ਼ਿਆਦਾ ਪ੍ਰੋਬਲਮਸ ਆ, ਸਾਈਡ ਇਫੈਕਟ ਕਾਫੀ ਜ਼ਿਆਦਾ ਹੁੰਦੇ ਨੇ, ਇਸ ਲਈ ਇਹਨਾਂ ਨੇ ਕੀ ਦਿੱਤਾ ਤੁਹਾਡਾ ਜਿਹੜੇ ਛਾਈਆਂ ਖਤਮ ਕਰਨ ਨੂੰ ਕੀ ਦਿੱਤਾ? ਇਹਨਾਂ ਨੇ ਮੈਨੂੰ ਮਤਲਬ ਕਿ ਮੈਡੀਸਨ ਵੀ ਦਿੱਤੀ ਹੈ ਖਾਣ ਲਈ ਅਤੇ ਪ੍ਰੋਡਕਟ ਵੀ ਦਿੱਤੇ ਆ ਯੂਜ਼ ਕਰਨ ਲਈ। ਹਾਂਜੀ ਕਿੰਨੇ ਵਜੇ ਦਿਨ ਤੁਹਾਨੂੰ ਫਰਕ ਲੱਗਣਾ ਸ਼ੁਰੂ ਹੋ ਗਿਆ ਸੀ? ਮੈਨੂੰ ਮਤਲਬ ਕਿ ਵਿਦਨ ਵੀਕ 7 ਦਿਨਾਂ ਦੇ ਵਿੱਚ ਹਾਂਜੀ ਫਰਕ ਪੈਣਾ ਸਟਾਰਟ ਹੋ ਗਿਆ ਸੀ। ਤੇ ਭੈਣਾਂ ਨੂੰ ਕੀ ਕਹੋਗੇ ਜਿਹੜੀਆਂ ਪਰੇਸ਼ਾਨ ਨੇ? ਬਸ ਇਹੀ ਕਹੂੰਗੀ ਮੈਂ ਵੀ ਆਓ, ਵਧੀਆ, ਬਹੁਤ ਵਧੀਆ ਇਹਨਾਂ ਦੀ ਮੈਡੀਸਨ ਆ ਕੋਈ। ਵੈਸੇ ਪਹਿਲੇ ਝਟਕੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਪਹਿਲੇ ਝਟਕੇ ਮੈਨੂੰ ਵੀ ਨਹੀਂ ਲੱਗਿਆ ਸੀ ਕਿ ਤੁਹਾਨੂੰ ਕਿਤੇ ਛਾਈਆਂ ਹੈਗੀਆਂ ਨੇ। ਹਾਂਜੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਵਿਦਨ 15 ਡੇਜ਼, ਬਹੁਤ ਜ਼ਿਆਦਾ, ਯਾਨੀ ਮੈਨੂੰ ਵੀ ਮਤਲਬ ਕਿ ਵਧੀਆ ਲੱਗਿਆ ਵੀ ਮੈਨੂੰ ਫਰਕ ਪੈ ਚੁੱਕਿਆ ਹੈ ਅਤੇ ਇਸ ਲਈ ਮੈਂ ਦੁਬਾਰਾ ਵਿਜ਼ਿਟ ਕੀਤਾ ਹੈ। ਬਹੁਤ ਬਹੁਤ ਸ਼ੁਕਰੀਆ ਭੈਣ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਹੈਗੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇੱਥੇ ਕੁਛ ਕੁ ਹੋਰ ਲੋਕ ਵੀ ਨੇ ਜਿਹੜੇ ਸਾਡੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋਣਗੇ, ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ, ਸਮਝਾਂਗੇ। ਵੱਡੀ ਗਿਣਤੀ 'ਚ ਜਿਹੜੀਆਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਬਹੁਤ ਦੂਰੋਂ ਦੂਰੋਂ ਇੱਥੇ ਆਉਂਦੀਆਂ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਕੁਲਵਿੰਦਰ ਕੌਰ। ਕਿੱਥੋਂ ਆਏ ਹੋ? ਭਵਾਨੀਗੜ੍ਹ ਤੋਂ। ਭਵਾਨੀਗੜ੍ਹ ਤੋਂ ਆਏ ਹੋ, ਕੀ ਪ੍ਰੋਬਲਮ ਲੈ ਕੇ ਆਏ ਹੋ ਮਾਤਾ ਜੀ? ਮੇਰੇ ਗੋਡਿਆਂ 'ਚ ਸੀ ਦਰਦ ਜੀ। ਸੀ? ਹਾਂਜੀ। ਹੁੰਨੀ ਹੈ? ਹੈਗੀ ਹੈ ਜੀ ਅਜੇ ਤੱਕ। ਅੱਛਾ। ਹਾਂਜੀ। ਫਿਰ ਤੁਸੀਂ ਸੀ ਕਿਹਾ? ਕਿੰਨੀ ਕੁ ਪ੍ਰੋਬਲਮ ਸੀ ਪਹਿਲਾਂ? ਕਿੰਨੇ ਪਹਿਲੀ ਵਾਰ ਆਏ ਤੁਸੀਂ? ਨਹੀਂ ਜੀ, 4-5 ਵਾਰੀ ਆ ਗਏ। 4-5 ਵਾਰ ਜਾਏ ਹੋ, ਕਿੰਨਾ ਕੁ ਫਰਕ ਪੈ ਗਿਆ? ਪਿਆ ਜੇ ਕਈ ਕਾਫੀ ਬਿਮਾਰੀਆਂ ਸੀ ਨਾ, ਹਾਰਟ ਦੀ ਵੀ ਸੀ। ਅੱਛਾ। ਬ੍ਰੇਨ ਦੀ ਵੀ ਸੀ। ਅੱਛਾ। ਹਾਂਜੀ। ਮਤਲਬ ਕੱਲੀ ਗੋਡੇ ਨਹੀਂ ਸੀ? ਹਾਂਜੀ, ਹੋਰ ਸਾਰੀ ਨਾੜ। ਕਿੰਨਾ ਕੁ ਫਰਕ ਪੈ ਗਿਆ? ਥੋੜਾ ਪਿਆ ਹੀ ਜੀ ਅਜੇ। ਕਿੰਨੇ ਟਾਈਮ ਦੀ ਪ੍ਰੋਬਲਮ ਸੀ? 15-20 ਸਾਲ ਹੋ ਚੱਲੇ। ਓ, 15-20 ਸਾਲ ਦੀ ਪ੍ਰੋਬਲਮ ਸੀ ਤੁਹਾਨੂੰ? ਫਿਰ ਦਿਖਾਇਆ ਮਤਲਬ ਤੁਸੀਂ ਦਿਖਾਏ ਬੜੀ ਥਾਂ ਹੋਣਾ, ਕਿੱਥੇ ਕਿੱਥੇ ਦਿਖਾਇਆ ਤੁਸੀਂ? ਬਸ ਉਹ ਨੇੜੇ ਹੋਸਪਿਟਲਾਂ ਵਿੱਚ ਦਿਖਾਇਆ ਸੀ। ਫਰਕ ਕਿਸੇ ਪਾਸੇ ਨਹੀਂ? ਹਾਂਜੀ। ਇੱਥੇ ਕਿੰਨੇ ਟਾਈਮ ਬਾਅਦ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ? ਇਹ 2 ਮਹੀਨਿਆਂ ਵਿੱਚ ਹੋ ਗਿਆ ਸੀ ਫਰਕ। 2 ਮਹੀਨਿਆਂ ਵਿੱਚ ਹੋਈ ਘਟਣੀ ਸ਼ੁਰੂ ਹੋ ਗਈ ਸੀ। ਅੱਛਾ, ਪਹਿਲਾਂ ਸਵੈਲਿੰਗ ਸੀ ਤੁਹਾਡੇ ਹੱਥਾਂ? ਹਾਂਜੀ। ਓਕੇ। ਅੱਛਾ, ਪਤਾ ਕਿਵੇਂ ਲੱਗਿਆ ਮਾਤਾ ਜੀ ਤੁਹਾਨੂੰ? ਬਸ ਐਡ ਵੇਖੀ ਸੀ ਫੋਨ ਤੋਂ। ਭਰੋਸਾ ਹੋ ਗਿਆ ਸੀ? ਹਾਂਜੀ, ਪਹਿਲਾਂ ਹੀ ਭਰੋਸਾ ਸੀ ਜੀ, ਆਯੁਰਵੈਦਿਕ ਦਵਾਈ ਦਿੱਤੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮਾਤਾ ਜੀ ਸਾਰੀ ਗੱਲਬਾਤ ਲਈ। ਸਾਡੇ ਨਾਲ ਇੱਕ ਹੋਰ ਭੈਣ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਂ ਹੈ ਤੁਹਾਡਾ? ਕੁਲਵਿੰਦਰ ਕੌਰ ਜੀ। ਤੁਸੀਂ ਕਿੱਥੋਂ ਆਏ ਹੋ? ਲਾਹੌਰ ਤੋਂ ਜੀ। ਇਹ ਕਿੱਥੇ? ਖੰਨੇਲਾ ਵੀ ਜੀ। ਨੇੜੇ ਹੀ ਹੋ ਫਿਰ ਤੇ ਤੁਸੀਂ, ਗੁਆਂਢੀ ਹੋ। ਹਾਂਜੀ। ਅੱਛਾ, ਕੀ ਪ੍ਰੋਬਲਮ ਲੈ ਕੇ ਆਏ ਭੈਣ ਜੀ? ਬੱਚੇ ਨੂੰ ਸਾਡੇ ਐਲਰਜੀ ਸੀ, ਵੀਟ ਐਲਰਜੀ ਸੀ। ਹਾਂਜੀ। ਉਹ ਜਿਹੜੀ ਕਹਿੰਦੇ ਨੇ ਵੀ ਵੀਟ ਐਲਰਜੀ, ਉਹੀ ਕਣਕ ਵਾਲੀ ਜੀ? ਅੱਛਾ ਜੀ। ਤੇ ਅਸੀਂ 2 ਵਾਰ ਆਏ ਹਾਂ ਜੀ ਅਜੇ। ਅੱਛਾ। 15 ਦਿਨ ਦੀ ਦਵਾਈ ਚੱਲੀ ਹੈ, ਅੱਗੇ ਨਾਲ ਫਰਕ, ਲੀਵਰ ਦੀ ਦਵਾਈ ਦਿੱਤੀ, ਐਲਰਜੀ ਦੀ ਵੀ ਦਿੱਤੀ ਜੀ। ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਇਹ ਜੀ 15 ਦਿਨ ਹੋਏ ਨੇ ਜੀ, ਹੌਲੀ ਹੌਲੀ ਲੱਗੂਗਾ ਜੀ ਫਰਕ।
ਤੁਹਾਨੂੰ ਕਿਵੇਂ ਲੱਗੇ ਵੀ ਫਰਕ? ਜੀ ਹਾਂਜੀ ਫਰਕ ਲੱਗਦਾ ਅੱਗੇ ਨਾਲੋਂ। ਰੋਟੀ ਰੋਟੀ ਤਾਂ ਨਹੀਂ ਖਾਣ ਲੱਗ ਗਈ? ਨਹੀਂ ਜੀ ਰੋਟੀ ਖਾਂਦਾ ਜੀ। ਰੋਟੀ ਖਾਂਦਾ? ਹਾਂਜੀ। ਪਹਿਲਾਂ ਨਹੀਂ ਖਾਂਦਾ? ਨਹੀਂ ਪਹਿਲਾਂ ਅਧੂਰੀ ਰੋਟੀ ਖਾਂਦਾ ਸੀ, ਵੀ ਹੁਣ ਅਸੀਂ ਫਿਰ ਛੱਡਤੀ ਤੀ ਜੀ ਰੋਟੀ, ਕੰਪਿਊਟਰ ਅਰਜੀ ਤੋਂ ਆਟਾ ਹੋਰ ਸੀ ਜੀ। ਉਹ ਤਾਂ ਮੁਸੀਬਤ ਬੜੀ ਹੈ ਜੀ, ਪਹਿਲਾਂ ਆਟਾ ਲਿਆਓ, ਫਿਰ ਉਹਨੂੰ ਅਲੱਗ ਬਣਾਓ, ਅਲੱਗ ਗੁੰਨੋ, ਸਾਰਾ ਕੁਛ ਲੱਗਾ। ਤੁਹਾਡੇ ਕੋਲ ਤਾਂ ਆਪਣਾ ਆਟਾ ਗੁੰਨਣ ਦਾ ਟਾਈਮ ਮਸਾ ਨਿਕਲਦਾ ਜੀ। ਹੋਰ ਦੀਦੀ? ਹਾਂਜੀ ਹੁਣ 15 ਦਿਨ ਹੋਏ ਨੇ ਜੀ ਦਵਾਈ ਚੱਲਦੀ ਨੂੰ। ਫਰਕ ਲੱਗਦਾ? ਹਾਂਜੀ ਅੱਗੇ ਨੂੰ ਫਰਕ ਹੈ ਜੀ। ਪਰਮਾਤਮਾ ਕਰੇ ਤੁਹਾਡਾ ਬੱਚਾ ਜਿਹੜਾ ਹੋਰ ਜ਼ਿਆਦਾ ਤੰਦਰੁਸਤ ਹੋਵੇ। ਇੱਕ ਹੋਰ ਸਾਡੀਆਂ ਮਾਤਾਵਾਂ ਵੀ ਸਾਡੇ ਨਾਲ ਨੇ, ਭੈਣਾਂ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਰਮਜੀਤ ਕੌਰ। ਅੱਛਾ ਹਸਪਤਾਲ 'ਚ ਤਾਂ ਆ ਕੇ ਲੋਕ ਦੁਖੀ ਹੋ ਜਾਂਦੇ, ਤੁਸੀਂ ਹੱਸ ਰਹੇ ਹੋ। ਠੀਕ ਹੈ ਮੈਂ ਹੁਣ। ਅੱਛਾ ਠੀਕ ਹੋ ਤੁਸੀਂ? ਕੀ ਪ੍ਰੋਬਲਮ ਸੀ ਤੁਹਾਨੂੰ? ਲੀਵਰ ਦੀ ਪ੍ਰੋਬਲਮ ਸੀ। ਸੀ ਕਿੰਨੀ ਕੁ ਪ੍ਰੋਬਲਮ ਸੀ? ਮਤਲਬ ਲੀਵਰ 'ਚ ਗਰਮੀ ਹੈ। ਗਰਮੀ ਸੀ? ਹਾਂਜੀ ਹਾਂਜੀ, ਥੋੜ੍ਹਾ ਫਰਕ ਹੈ ਅੱਗੇ ਨਾਲ। ਹਾਂਜੀ ਹਾਂਜੀ। ਕਦੋਂ ਤੋਂ ਗਰਮੀ ਪੈਣੀ ਸ਼ੁਰੂ ਹੋਈ? ਮਤਲਬ ਪਹਿਲਾਂ ਕਾਫੀ ਟਾਈਮ ਤੋਂ ਸੀਗੀ। ਹਾਂਜੀ ਮੈਨੂੰ 3.5 ਮਹੀਨੇ ਹੋ ਗਏ ਦਵਾਈ ਖਾਂਦੀ ਨੂੰ। ਹਾਂਜੀ ਹਾਂਜੀ। ਫਰਕ ਕੀ ਲੱਗਦਾ, ਪਹਿਲਾਂ ਕੀ ਹੁੰਦਾ ਸੀ ਹੁਣ ਕੀ ਹੁੰਦਾ? ਰੋਟੀ ਵਧੀਆ ਪਚ ਜਾਂਦੀ ਹੁਣ। ਪਹਿਲਾਂ ਰੋਟੀ ਪਚਦੀ ਨਹੀਂ? ਹਾਂਜੀ ਹਾਂਜੀ, ਖਾਣਾ ਇੱਥੇ ਪਿਆ ਰਹਿੰਦਾ ਹੁੰਦਾ ਸੀ, ਹਜ਼ਮ ਨਹੀਂ ਹੁੰਦਾ ਸੀਗਾ। ਹਾਂਜੀ ਹਾਂਜੀ। ਲੋਕਾਂ ਨੂੰ ਕੀ ਕਹੋ ਕਿ ਜਿਹੜੇ ਉਹ ਐਂਟਾਸਿਡ ਦੀਆਂ ਗੋਲੀਆਂ ਖਾਧੀਆਂ ਹੋਣਗੇ ਤੁਸੀਂ ਸਵੇਰੇ, ਕੈਪਸੂਲ ਐਂਟਾਸਿਡ ਦੇ ਜਿਹੜੇ ਖਾਲੀ ਪੇਟ, ਉਹ ਦਾਣੇਦਾਰ ਜੇ ਕੈਪਸੂਲ? ਹਾਂਜੀ ਉਹਨਾਂ ਨੂੰ ਕਹਾਂਗੇ ਪਰਹੇਜ਼ ਕਰਨ ਅਤੇ ਦਵਾਈ ਖਾਣ ਵਧੀਆ ਕਰਕੇ। ਵਧੀਆ ਪਰਹੇਜ਼ ਕੀ ਦੱਸਿਆ ਇਹਨਾਂ ਨੇ, ਪਰਹੇਜ਼ ਦੀ ਵੱਡੀ ਗੱਲ ਹੁੰਦੀ? ਦੇਖੋ ਚਾਹ ਦਾ ਪਰਹੇਜ਼ ਆ ਸ਼ਿਮਲਾ ਮਿਰਚ, ਕੜੀ, ਚਾਵਲ, ਨਿੰਬੂ, ਖੱਟੀਆਂ ਚੀਜ਼ਾਂ, ਤਲੀਆਂ ਚੀਜ਼ਾਂ, ਇਹ ਸਭ ਚੀਜ਼ ਦਾ ਪਰਹੇਜ਼ ਸਭ ਚੱਲਦਾ ਸੀ? ਨਹੀਂ ਬਹੁਤ ਘੱਟ ਖਾਂਦੀ ਸੀ ਮੈਂ। ਹਾਂਜੀ ਹਾਂਜੀ, ਪਹਿਲਾਂ ਵੀ ਮਤਲਬ ਪਰਹੇਜ਼ ਤੁਹਾਡਾ ਪਹਿਲਾਂ ਹੀ ਸੀ? ਹਾਂਜੀ ਹਾਂਜੀ, ਮੈਂ ਪਰਹੇਜ਼ ਕਰਦੀ ਸੀ ਜੀ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ। ਸੋ ਕੁਛ ਕੁ ਹੋਰ ਵੀ ਸਾਡੇ ਨਾਲ ਮੌਜੂਦ ਨੇ ਸਾਡੀਆਂ ਭੈਣਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ? ਹਰਿੰਦਰ ਕੌਰ। ਅੱਛਾ ਕਿੱਥੋਂ ਆਏ ਹੋ? ਯੂਪੀ ਤੋਂ। ਯੂਪੀ ਤੋਂ? ਹਾਂਜੀ। ਉਹ ਨੇੜੇ ਨੱਥੇ ਹੋ ਯੂਪੀ ਤੋਂ ਸਿੱਧੀ? ਕਿਹੜੀ ਟ੍ਰੇਨ ਫੜ ਕੇ ਆਏ ਹੋ? ਅਸੀਂ ਬੱਸ ਤੇ ਆਉਣੀ। ਯੂਪੀ ਤੋਂ ਵੀ ਬੱਸ ਤੇ ਆਏ ਹੋ, ਕੀ ਪ੍ਰੋਬਲਮ ਲੈ ਕੇ ਆਏ ਹੋ? ਲੀਵਰ ਦੀ ਪ੍ਰੋਬਲਮ ਸੀ। ਲੀਵਰ ਦੀ ਤੁਹਾਨੂੰ ਪ੍ਰੋਬਲਮ ਹੈ? ਹਾਂਜੀ। ਤੁਹਾਨੂੰ ਦੇਖ ਕੇ ਸਾਰੇ ਬੈਠੇ ਨੂੰ ਕੋਈ ਕਹਿ ਨਹੀਂ ਸਕਦਾ ਵੀ ਪ੍ਰੋਬਲਮ ਹੈ? ਨਹੀਂ ਹੁਣ ਤਾਂ ਜੀ ਮੈਂ 8-9 ਮਹੀਨੇ ਹੋ ਗਏ ਮੇਰੇ ਦਵਾਈ ਚੱਲਦੀ ਨੂੰ। ਅੱਛਾ। ਇਸ ਟਾਈਮ ਲੀਵਰ ਦੀ ਦਵਾਈ ਇਸ ਵਾਰ ਬੰਦ ਕਰਤੀ। ਹਾਂਜੀ ਹੁਣ ਮੈਂ ਨਸਾਂ ਦੀ ਬਲੌਕ ਦੀ ਦਵਾਈ ਚੱਲਦੀ ਹੈ। ਤੇ ਲੀਵਰ ਦੀ ਪ੍ਰੋਬਲਮ ਕਿੰਨੇ ਟਾਈਮ ਸੀ ਭੈਣ ਜੀ ਤੁਹਾਨੂੰ? ਮੈਨੂੰ ਕਾਫੀ ਪੁਰਾਣੀ ਸੀ। ਕਿੱਥੋਂ ਆਏ ਹੋ? ਯੂਪੀ 'ਚੋਂ ਕਿੱਥੋਂ ਆਏ ਹੋ ਤੁਸੀਂ? ਯੂਪੀ ਤੋਂ ਅਸੀਂ ਬੱਲੀਏ ਲਾਗੇ ਹੋਏ ਹਾਂ। ਅੱਛਾ ਬੱਲੀਏ ਲਾਗੇ ਹੋ। ਤੇ ਜਿਹੜੇ ਇਸ ਵੇਲੇ ਤੁਹਾਨੂੰ ਲੋਕ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ, ਮਤਲਬ ਲੀਵਰ ਵਾਲੇ ਮਾਮਲੇ 'ਚ? ਤੁਹਾਡੇ ਵਰਗੇ ਜਿਵੇਂ ਸਾਡੀਆਂ ਇਹ ਭੈਣ ਹੈਗੀ, ਉਹ ਭੈਣਾਂ ਸਾਡੀਆਂ ਹੈਗੀਆਂ, ਧੱਕੇ ਬੜੇ ਖਾਂਦੇ ਨੇ, ਟੋਟ ਕੇ ਨੁਸਖੇ ਵੀ ਬੜੇ ਅਜ਼ਮਾਉਂਦੇ ਨੇ ਘਰੇ ਯੂਟਿਊਬ ਤੋਂ ਦੇਖ ਕੇ, ਉਹਨਾਂ ਨੂੰ ਕੀ ਕਹੋਗੇ? ਇਹੀ ਕਹਿੰਦੇ ਇੱਥੋਂ ਦਵਾਈ ਖਾਣ, ਆਰਾਮ ਆਊਗਾ। ਜੀ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ। ਨਾ ਸਿਰਫ ਯੂਪੀ ਤੋਂ ਸਗੋਂ ਜੰਮੂ ਤੋਂ ਵੀ ਅਸੀਂ ਕਹਿ ਲਈਏ ਕਿ ਇੱਕ ਸਾਡਾ ਭਰਾ ਆਇਆ ਹੋਇਆ ਇੱਥੇ। ਸਤਿ ਸ਼੍ਰੀ ਅਕਾਲ ਬ੍ਰਦਰ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਂ ਹੈ ਤੁਹਾਡਾ? ਰਮਨ ਕੁਮਾਰ। ਅੱਛਾ ਜੰਮੂ ਦੇ ਕਿਹੜੇ ਏਰੀਆ 'ਚੋਂ ਤੁਸੀਂ? ਮੇਨ ਜੰਮੂ ਸਿਟੀ ਦੇ ਰਹਿੰਦੇ। ਮੇਨ ਜੰਮੂ ਤੋਂ? ਅੱਛਾ ਮੈਂ ਤਲਾਬ ਤਿੱਲੇ ਤਾਂ ਮੈਂ ਗਿਆ ਹੋਇਆ। ਬਸ ਉਹਦੇ ਕੋਲ ਲੱਗ ਗਈ ਤਲਾਬ ਤਿੱਲੋ, 2-3 ਕਿਲੋਮੀਟਰ ਹੀ ਹੈ ਸਰ। 2-3 ਕਿਲੋਮੀਟਰ ਤੇ, ਕਿਉਂਕਿ ਪੰਜਾਬੀ ਭਾਈਚਾਰਾ ਉਧਰਲੇ ਪਾਸੇ ਜ਼ਿਆਦਾ ਹੈ ਨਾ। ਅੱਛਾ ਕੀ ਪ੍ਰੋਬਲਮ ਲੈ ਕੇ ਆਏ ਤੁਸੀਂ ਇੱਥੋਂ? ਮੇਰੇ ਪੇਟ 'ਚ ਹਰਨੀ ਹੈ ਮੇਰੇ। ਕਿੰਨੇ ਵਜੇ ਚੱਲੇ ਸੀ ਜੰਮੂ? ਜੰਮੂ ਮੈਂ ਤਾਂ ਚਲਾ ਹੀ ਸਵੇਰੇ 4 ਵਜੇ ਦਾ ਚੱਲਿਆ ਮੈਂ। 4 ਵਜੇ ਦਾ ਚੱਲੇ ਹੋਏ ਹੋ? ਅੱਛਾ ਕੀ ਪ੍ਰੋਬਲਮ ਸੀ ਪੇਟ 'ਚ? ਪੇਟ 'ਚ ਮੇਰੇ ਹਰਨੀ ਹੈ। ਹਰਨੀਆ ਸੀ? ਡਾਕਟਰ ਤਾਂ ਕਹਿੰਦੇ ਨੇ ਜੀ ਹਰਨੀ ਹੋ ਗਈ, ਆਪਰੇਸ਼ਨ ਕਰਾਓ, ਵਿਹਲੀ ਹੋਵੋ ਤੁਸੀਂ। ਮੈਂ ਡਾਕਟਰ ਸਾਹਿਬ ਕੋਲ ਆਇਆ, ਡਾਕਟਰ ਸਾਹਿਬ ਕਹਿੰਦੇ ਕੋਈ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਦਵਾਈ ਖਾਓ ਸਾਡੀ, ਤੁਹਾਡੀ ਇਸ ਤਰ੍ਹਾਂ ਠੀਕ ਹੋ ਜਾਏਗੀ। ਅੱਛਾ ਹੁਣ ਤਕਲੀਫ ਘਟੀ, ਕੁਛ ਦਰਦ ਘਟੇ? ਹਾਂ ਥੋੜ੍ਹੀ ਦਰਦ ਘਟੀ ਹੈ। ਕਿੰਨਾ ਟਾਈਮ, ਕਿੰਨਾ ਕੁ ਘਟਿਆ? ਥੋੜ੍ਹੀ ਦਰਦ ਘਟੀ ਹੈ, ਮੈਨੂੰ 2 ਹਫ਼ਤੇ ਹੋਏ ਦਵਾਈ ਖਾਂਦੇ ਆ ਜੀ। 2 ਹਫ਼ਤੇ ਹੋਏ ਨੇ ਦਵਾਈ ਖਾਂਦੇ, ਮੁੜ ਕੇ ਆਇਆ ਮੈਂ। ਅੱਛਾ ਜੀ ਜੀ, ਤੇ ਲੱਗਦਾ ਕਿ ਠੀਕ ਹੋ ਜਾਓਗੇ ਹੁਣ? ਮੈਂ ਤਾਂ ਹੀ ਇੱਥੇ ਡਾਕਟਰ ਜੰਮੂ ਕਿੱਥੇ ਦਿਖਾਇਆ? ਜੰਮੂ ਮੈਨੂੰ 1.5 ਸਾਲ ਹੋ ਗਏ, ਮੈਂ ਜੰਮੂ ਤੋਂ ਕੋਈ 20 ਡਾਕਟਰਾਂ ਨੂੰ ਚੈੱਕ ਕਰਾ ਛੱਡਿਆ ਮੈਂ। ਅੱਛਾ ਬੜੇ ਡਾਕਟਰਾਂ ਨੂੰ ਚੈੱਕ ਕਰਾਇਆ ਮੈਂ। ਪੈਸੇ ਕਿੰਨੇ ਕੁ ਲੱਗ ਗਏ? ਪੈਸੇ 1.5 ਲੱਖ ਰੁਪਏ ਦਾ ਕਰਜ਼ਾ ਜਾਣ ਲਿਆ ਆਪਣੇ 'ਤੇ। ਸੋ ਜਿਹੜੇ ਲੋਕ ਕਹਿੰਦੇ ਨੇ ਨਾ ਤੁਸੀਂ ਇਹ ਦੇਖੋ, ਸਾਡੇ ਭਰਾ ਨੇ ਹੱਸਦੇ ਹੱਸਦੇ ਬਹੁਤ ਵੱਡੀ ਗੱਲ ਕਹੀ ਹੈ, ਹਰਨੀਆਂ ਦੀ ਦਿੱਕਤ ਆਈ, ਪਰੇਸ਼ਾਨੀ ਆਈ, ਅਤੇ ਇਸ ਭਰਾ ਦੇ ਸਿਰ 'ਤੇ 1.5 ਲੱਖ ਰੁਪਏ ਦਾ ਕਰਜ਼ਾ ਵੀ ਹੋ ਗਿਆ। ਸੋ
ਅਸੀਂ ਇਹੀ ਗੱਲ ਕਹਿਣੇ ਹਾਂ ਤੁਹਾਨੂੰ ਕਿ ਇਹਨਾਂ ਜਿਹੜੇ ਕੁਦਰਤੀ ਹੈਗੀ, ਅਸੀਂ ਪਹਿਲਾਂ ਐਲੋਪੈਥੀ ਵਾਲੇ ਪਾਸੇ ਭੱਜਦੇ ਹਾਂ, ਅਸੀਂ ਪਹਿਲਾਂ ਦੂਸਰੇ ਡਾਕਟਰਾਂ ਵੱਲ ਭੱਜਦੇ ਹਾਂ, ਅਤੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਪਹਿਲਾਂ ਤੁਸੀਂ ਇੱਥੇ ਆ ਜਾਂਦੇ, ਅੱਜ 1.5 ਲੱਖ ਦਾ ਕਰਜ਼ਾ ਜਿਹੜਾ ਤੁਸੀਂ ਆਪਣੇ ਕਰਕੇ ਹੀ ਲਿਆ, ਉਹ ਨਾ ਚੜ੍ਹਦਾ ਤੁਹਾਡੇ ਸਿਰ 'ਤੇ? ਪਤਾ ਨਹੀਂ ਇੱਥੇ, ਮੈਂ ਵੀ ਤੁਹਾਡੀ ਵੀਡੀਓ ਹੀ ਦੇਖੀ ਦੀ ਹੈ ਕਿ ਕਤੀ ਵੀ ਤੁਹਾਡਾ ਚਾਹ, ਮੈਂ ਤੁਹਾਡੀ ਵੀਡੀਓ ਦੇਖ ਕੇ ਮੈਂ ਵੀ ਇੱਥੇ ਆਇਆ ਜੰਮੂ ਤੋਂ, ਅਤੇ ਪਹਿਲੇ ਮੈਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਤਾਂ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਿ ਆਯੁਰਵੇਦੇ ਵਿੱਚ ਇਹਦਾ ਇਲਾਜ ਹੈਗਾ, ਫਿਰ ਮੈਂ ਤੁਹਾਡੇ ਨੰਬਰ ਤੋਂ ਜਿਹੜਾ ਮੈਂ ਕੰਟੈਕਟ ਕੀਤਾ ਉਹਨਾਂ ਨਾਲ, ਅਤੇ ਕਹਿੰਦੇ ਸਾਡੇ ਕੋਲ ਇਲਾਜ ਹੈਗਾ, ਕੋਈ ਓਪਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ, ਤੁਸੀਂ ਆਓ, ਤੁਸੀਂ ਦਵਾਈ ਖਾਓ। ਪਰਿਵਾਰ ਖੁਸ਼ ਹੈ ਹੁਣ? ਹਾਂਜੀ, ਜੇ ਟੈਨਸ਼ਨ ਸੀ ਵੀ ਓਪਰੇਸ਼ਨ ਕਰਵਾਉਣਾ ਪੈਣਾ, ਓਪਰੇਸ਼ਨ ਕਰਵਾਉਣਾ ਪੈਣਾ, ਖੁਸ਼ ਹੈ ਹੁਣ ਕਰਦੇ ਸਾਰੇ ਕੁਝ? ਜੀ ਜੀ। ਸੋ ਤੁਸੀਂ ਦੇਖੋ ਇੱਕ ਵਾਰ, ਸਾਡੇ ਨਾਲ ਇੱਕ ਹੋਰ ਬਾਪੂ ਜੀ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਤੁਹਾਡਾ? ਠੀਕ ਆਏ ਹੋ? ਅਸੀਂ ਭਵਾਨੀਗੜ੍ਹ ਤੋਂ। ਭਵਾਨੀਗੜ੍ਹ ਤੋਂ ਆਇਓ, ਕੀ ਪ੍ਰੋਬਲਮ? ਮੂਲ ਕੇ ਮੈਡਮ ਸਨ, ਮੈਂ ਨਾਲ ਆਇਆ ਜੀ ਇਹਨਾਂ ਦੇ। ਅੱਛਾ, ਤੁਸੀਂ ਉਹਨਾਂ ਦੇ ਨਾਲ ਹੀ ਆ? ਹਾਂ, ਐਡਵਰਟਾਈਜ਼ਮੈਂਟ ਦਿੱਤੀ ਉਹਨਾਂ ਨੇ। ਅੱਛਾ ਅੱਛਾ ਅੱਛਾ। ਹਾਂਜੀ। ਅਤੇ ਫਿਰ ਭਰੋਸਾ ਹੋ ਗਿਆ? ਹਾਂਜੀ, ਭਰੋਸਾ ਹੋ ਗਿਆ। ਕਿੰਨੀ ਕੁ ਪ੍ਰੋਬਲਮ ਠੀਕ ਹੋਈ? ਪਹਿਲੀ ਵਾਰ ਆਇਆ? ਨਹੀਂ ਜੀ, ਸਾਨੂੰ ਹੋ ਗਏ ਜੀ 6-7 ਵਾਰ ਆ ਗਏ ਜੀ ਅਸੀਂ। ਕੀ ਪ੍ਰੋਬਲਮ ਸੀ ਉਹਨਾਂ ਨੂੰ? ਉਹਨੂੰ ਕਈ ਦਿੱਕਤਾਂ ਸਨ। ਇੱਕ ਤਾਂ ਉਹਨੂੰ ਸਵੈਲਿੰਗ ਬਹੁਤ ਹੁੰਦੀ ਸੀ, ਬ੍ਰੇਨ ਦੀ ਦਿੱਕਤ ਸੀ, ਹਾਰਟ। ਤੁਹਾਡੇ ਘਰ ਦੇ ਨੇ? ਹਾਂਜੀ ਹਾਂਜੀ, ਸਾਨੂੰ ਤਾਂ ਵੱਧ ਪਤਾ ਹੁੰਦਾ। ਅੱਛਾ, ਹੁਣ ਦੱਸੋ ਵੀ, ਖੋਲ੍ਹ ਕੇ ਦੱਸੋ ਕੀ ਕੀ ਪ੍ਰੋਬਲਮ ਸੀ ਉਹਨਾਂ ਨੂੰ? ਇੱਕ ਤਾਂ ਜੀ ਸਵੈਲਿੰਗ ਬਹੁਤ ਸੀ ਸਾਰੇ ਸਰੀਰ, ਸਾਰੇ ਸਰੀਰ 'ਤੇ ਜੀ। ਬਾਕੀ ਉਹਨਾਂ ਨੂੰ ਬ੍ਰੇਨ ਦੀ ਦਿੱਕਤ ਸੀ ਔਰ ਹਾਰਟ ਦੀ ਦਿੱਕਤ ਸੀ। ਅਤੇ ਪਟਿਆਲੇ ਤੋਂ ਬੜੇ ਡਾਕਟਰਾਂ ਨੂੰ ਦਵਾਈਆਂ ਖਾਧੀਆਂ ਨੇ, ਵੱਧ ਹੀ ਗਈ ਹੈ ਜਦੋਂ ਦੇ ਇੱਥੋਂ ਤੋਂ ਸ਼ੁਰੂ ਕੀਤੀ ਹੈ ਉਦੋਂ। ਠੀਕ ਹੈ, ਕੰਟਰੋਲ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ। ਅਤੇ ਹੁਣ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਭੰਗੂ ਹੋਰਾਂ ਨਾਲ। ਉਹਨਾਂ ਨਾਲ ਤੋਂ ਅਸੀਂ ਪੁੱਛਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੇ ਇੱਥੇ ਨੁਸਖੇ ਫਾਰਮੂਲੇ ਦਾ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ, ਔਰ ਜਿਹੜੇ ਹੁਸ਼ਿਆਰਪੁਰ ਵਾਲੇ ਸਾਡੇ ਭਰਾ ਹੈਗੇ ਨੇ, ਉਹ ਵੀ ਇੱਥੇ ਬੈਠੇ ਨੇ ਭਾਈਚਾਰੇ ਦਾ ਹੁਸ਼ਿਆਰਪੁਰ ਤੋਂ, ਉਹ ਕਹਿੰਦੇ ਨੇ ਸਾਡੇ ਤੋਂ ਬ੍ਰਸ਼ ਨਹੀਂ ਸੀ ਹੁੰਦਾ ਝੁੱਕ ਕੇ, ਅਤੇ ਹੁਣ ਉਹ ਕਹਿੰਦੇ ਜੀ ਹੁਣ ਤਾਂ ਅਸੀਂ ਐਕਸਰਸਾਈਜ਼ ਕਰਦੇ ਹਾਂ। ਉਹ ਕੁਦਰਤ ਦੀ ਖੇਡ ਆ ਦੇਖੋ, ਹੈ ਨਾ, ਕਿਸੇ ਇੱਕ ਇਨਸਾਨ ਨੂੰ ਆਰਾਮ ਆਉਂਦਾ, ਬਾਕੀ ਦਿਲ ਮਿਲਣ ਦੀਆਂ ਗੱਲਾਂ, ਹੈ ਨਾ, ਦਿਲ ਮਿਲਣ ਦੇ ਮੇਲੇ ਨੇ, ਅਤੇ ਇੱਕ ਬੰਦਾ ਠੀਕ ਹੁੰਦਾ। ਬਾਕੀ ਤੁਸੀਂ ਇਹ ਗੱਲ ਕਹਿ ਲਓ ਵੀ ਤੁਸੀਂ ਆਪਣੇ ਦਿਲੋਂ ਕਿੰਨੇ ਕੁ ਜ਼ਿਆਦਾ ਵਧੀਆ ਹੋ, ਕਿੰਨਾ ਕੁ ਵਧੀਆ ਮਰੀਜ਼ ਨਾਲ ਵਿਚਰਦੇ ਹੋ, ਕਿੰਨਾ ਕੁ ਵਧੀਆ ਦਿਲੋਂ ਉਹਨੂੰ ਸਲਾਹ ਦਿੰਦੇ ਹੋ, ਤਾਂ ਫਿਰ ਅਗਲਾ ਵੀ ਇੱਕ ਦੋਸਤੀ ਦੇ ਤੌਰ 'ਤੇ ਅੱਗੇ ਅੱਗੇ ਤੋਂ ਜੋੜਦਾ। ਬਾਕੀ ਕੁਦਰਤ ਨੇ ਕਰਾਉਣਾ ਹੁੰਦਾ ਜੀ ਜੋ ਕਰ। ਇਸ ਤਰ੍ਹਾਂ ਦਾ ਕੀ ਕੀਤਾ ਜੀ? ਉਹ ਤਾਂ ਕਹਿੰਦਾ ਮੈਂ ਬਹੁਤ ਥਾਂ ਤੋਂ ਮੈਡੀਸਨ ਖਾ ਲਈ ਸੀ, ਇਹ ਕਹਿੰਦੇ ਜੀ ਇਸ 'ਤੇ ਸਾਨੂੰ ਫੀਲ ਹੋਣ ਲੱਗ ਗਿਆ ਸੀ ਵੀ ਅਸੀਂ ਬੁੱਢੇ ਹੋ ਗਏ ਹਾਂ, ਬੁੱਢੇ ਹੋ ਗਏ। ਨਹੀਂ, ਉਹ ਇਸ ਤਰ੍ਹਾਂ ਦਾ ਕਿਹੜਾ ਨੁਸਖਾ ਫਾਰਮੂਲਾ ਇਸਤੇਮਾਲ ਕਰਵਾਇਆ ਤੁਸੀਂ? ਇਹ ਹੋ ਜਾਂਦੀ ਹੈ ਜੀ, ਕਈ ਵਾਰੀ ਤੁਸੀਂ ਸੁਣਿਆ ਨਾ ਕਹਿੰਦੇ ਹੁੰਦੇ ਆ ਵੀ ਜਿੱਥੋਂ ਆਰਾਮ ਆਉਣਾ ਸਵਾਹ ਦੀ ਚੁਟਕੀ ਨਾਲ ਆ ਜਾਣਾ, ਜਿੱਥੋਂ ਆਉਣਾ ਨਹੀਂ ਤਾਂ ਉੱਥੋਂ ਸੋਨਾ ਖਾ ਕੇ ਵੀ ਨਹੀਂ ਆਉਣਾ ਹੈਗਾ। ਇਹ ਗੱਲ ਆ ਵੀ ਕੁਦਰਤ ਨੇ ਤੁਹਾਡੇ ਹੱਥੋਂ ਕੀ ਕਰਾਉਣਾ, ਕਰਨ ਕਰਾਉਣ ਵਾਲਾ ਉਹ ਖੁਦ ਆ, ਹੈ ਨਾ। ਆਪਾਂ ਇਨਸਾਨ ਕੁਛ ਵੀ ਨਹੀਂ ਕਰ ਸਕਦਾ, ਕੋਈ ਡਾਕਟਰ ਆਪਾਂ ਨੂੰ ਆਪਣੇ ਆਪ ਨੂੰ ਜਿੱਡਾ ਮਰਜ਼ੀ ਵੱਡਾ ਕਹੀ ਜਾਵੇ, ਇਹ ਆ ਉਹ ਆ, ਪਰ ਜੋ ਕੁਛ ਕਰਾਉਂਦੀ ਹੈ ਜੀ ਕੁਦਰਤ ਕਰਾਉਂਦੀ ਹੈ। ਕਿਆ ਬਾਤ ਹੈ। ਚਲੋ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਤੁਸੀਂ ਦੇਖੋ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦੂਰ ਕਰਨ ਤੋਂ ਬਾਅਦ ਵੀ ਡਾਕਟਰ ਜਗਰੂਪ ਸਿੰਘ ਭੰਗੂ ਜਿਹੜਾ ਇਸ ਸਾਰੀ ਪ੍ਰੋਬਲਮ ਜਿਹੜੀਆਂ ਲੋਕਾਂ ਦੀਆਂ ਉਹ ਦੂਰ ਕਰ ਰਹੇ ਨੇ, ਉਹਦਾ ਸਹਿਰਾ ਉਸ ਪਰਮਾਤਮਾ ਈਸ਼ਵਰ ਅੱਲਾ ਅਤੇ ਉਸ ਬੇਅੰਤ ਕੁਦਰਤ ਦੇ ਸਿਰ 'ਤੇ ਬਣਦੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਪਾਸਿਓਂ ਸਾਨੂੰ ਕੋਈ ਆਰਾਮ ਮਿਲਣਾ, ਜਦੋਂ ਸਾਨੂੰ ਤਕਲੀਫ ਸਾਡੀ ਦੂਰ ਹੋਣੀ ਹੈ, ਤਾਂ ਉਹ ਬਹੁਤ ਛੋਟੇ ਛੋਟੇ ਨੁਸਖੇ ਕੁਦਰਤੀ ਜ਼ਰੀਏ, ਜਿਹੜੀ ਕੁਦਰਤੀ ਨੁਸਖਿਆਂ ਦੇ ਜ਼ਰੀਏ ਜਿਹੜੀ ਉਹ ਦੂਰ ਹੋ ਸਕਦੀ ਹੈ। ਸੋ ਉਮੀਦ ਕਰਦਾ ਇਹ ਵੀਡੀਓ ਹੋਰ ਨਾ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ। ਜਿਹੜੀ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਅਸੀਂ ਅੱਜ ਤੁਹਾਨੂੰ ਸੁਣਵਾਈਆਂ ਨੇ, ਦਿਖਾਈਆਂ ਨੇ, ਔਰ ਲੋਕਾਂ ਨੇ ਉਹਨਾਂ ਦਾ ਹੱਲ ਦੱਸਿਆ ਕਿ ਕਿਵੇਂ ਜਗਰੂਪ ਸਿੰਘ ਭੰਗੂ ਹੋਰਾਂ ਨੇ ਕੀਤਾ, ਤਾਂ ਉਮੀਦ ਕਰਦਾ ਜਿਨ੍ਹਾਂ ਜਿਨ੍ਹਾਂ ਨੂੰ ਉਹ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੱਕ ਇਹ ਵੀਡੀਓ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓ, ਤਾਂ ਕਿ ਉਹਨਾਂ ਦਾ ਸਮਾਂ, ਉਹਨਾਂ ਦਾ ਸਰੀਰ, ਖਾਸ ਕਰਕੇ ਉਹਨਾਂ ਦਾ ਪੈਸਾ ਅਤੇ ਪਰਿਵਾਰ ਹੈ ਜਿਹੜਾ ਉਹ ਬਚ ਸਕੇ। ਕਾਸੀ ਫਾਰੂਕੀ, ਹਕੀਕਤ ਟੀਵੀ ਪੰਜਾਬੀ, ਉੱਚਾ ਪਿੰਡ ਸੰਘੌਲ।